DGND न्यूज में आपका स्वागत है। हम सत्य की दिशा में आगे बढ़ने के लिए सदैव तत्पर हैं। कृपया इसे सब्सक्राइब करने के लिए घंटी का बटन दबाएं और भारत और अन्य देशों से नवीनतम समाचार अपडेट प्राप्त करें। अगर आपको हमारा न्यूज चैनल पसंद आया हो तो आप दूसरों के साथ जरूर शेयर करें। धन्यवाद। हुण शंकिया दी गल जिहड़ी उहनूं है ओह सिर्फ ओह ककारां बारे है। ओह मानसिक गुलामी बहुत औखी निकलदी है, तां ही तिरंगे वाली पग बन के आंदा। स्पैशली जिस वेले गुरु नानक साहब नूं 9 साल दी उम्र दे विच कहा गया जनेऊ पाउण वास्ते, जनेऊ कदे लई पाउण लग्गे? 4 कौड़ियां दा धागा खरीद के लिआए आ ते लिआ के मेरे गले 'च पा देणा चौके 'च बहि के। जे आ ककारां वाले ना होंदे ते अज हिंद दा देश होंदा ते ना है पिछे जिहड़े अपने दीक्षित कौल ते जनेऊ पाउंदे ने लाह वी ना फिरदे। अज कोई सवाल चुकवा रहे हैं जिस गुरु ने अपना सब कुछ वारता मानवता दे लई। गुरु साहब ने अमृत सारी जात पिछला धर्म पिछला कर्म पिछली धर्म खत्म करती। ਭੱਦੀ ਸ਼ਬਦਾਵਲੀ ਬੋਲਣੀ ਹੈ, ਕਹਿਣਾ ਇਹ ਤਾਂ ਮੈਕੌਲਿਫ ਦੀ ਸਿੱਖੀ ਹੈ ਅਤੇ ਮੈਕ ਸਿੱਖ ਨੇ ਇੱਦਾਂ ਦੇ ਲਫਜ਼ ਬੋਲਣੇ। ਸਿੱਖ ਆਈਡੈਂਟੀ ਦੀ ਜਿਹੜੀ ਪਛਾਣ ਹੈ ਉਹ 5 ਕਕਾਰਾਂ ਨਾਲ ਹੈ। ਜਦ ਤੱਕ ਉਹ ਕਿਸੇ ਦੇਵੀ ਜਾਂ ਕਿਸੇ ਹਿੰਦੂਵਾਦੀ ਚੀਜ਼ ਨਾਲ ਨਹੀਂ ਜੋੜਨਗੇ ਜਾਂ ਉਸਨੂੰ ਨਹੀਂ ਖਰਾਬ ਕਰਨਗੇ ਮਲੀਆ ਮੇਟ ਕਰਨਗੇ, ਤਦ ਤੱਕ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਿੱਖ ਵਿਚਾਰਧਾਰਾ ਨੂੰ ਆਪਣੇ ਅੰਦਰ ਨਹੀਂ ਜਜ਼ਬ ਕਰ ਪਾਵਾਂਗੇ। ਇਹੀ ਵਜ੍ਹਾ ਉਹਨੂੰ ਅਸੀਂ ਵਰਤ ਲਈਏ ਕਿ ਨਹੀਂ ਜੀ ਉਹ 5 ਦੀ ਗੱਲ ਹੋ ਰਹੀ ਹੈ ਅਤੇ ਉਹ 5 ਸ਼ਸਤਰਾਂ ਦੀ ਗੱਲ ਹੋ ਰਹੀ ਹੈ ਜੋ ਕਕਾਰਾਂ ਦੀ ਰਿਪਲੇਸਮੈਂਟ ਦੇ ਵਿੱਚ, ਤਾਂ ਸਾਡੀ ਮੂਰਖਤਾ ਹੋਏਗੀ। ਜਿਹੜੀ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੇ ਉੱਤੇ ਜਿਹੜਾ ਇੰਟਲੈਕਚੁਅਲੀ ਅਟੈਕ ਕੀਤਾ ਜਾ ਰਿਹਾ ਕੁਛ ਹਿੰਦੁੱਤ ਔਰਗਨਾਈਜੇਸ਼ਨਸ ਵੱਲੋਂ, ਉਹਦੇ ਉੱਤੇ ਜਿਹੜੀ ਸਾਡੀ ਹੈ ਜਿਹੜਾ ਪੋਡਕਾਸਟ ਚੱਲ ਰਿਹਾ ਉਹਦੀ 3 ਕਿਸ਼ਤ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਖਾਲਸਾ ਪੰਚਾਇਤ, ਅਤੇ ਅੱਜ ਅਸੀਂ ਹੋਰ ਸਵਾਲਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਖਾਲਸਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਖਾਲਸਾ ਜੀ, ਇੱਕ ਉਹ ਨਾ ਬਹੁਤ ਛਾਤੀ 'ਤੇ ਨਾ ਦਾਵਾ ਠੋਕ ਕੇ ਕਹਿੰਦਾ ਹੈ ਕਿ ਜਿਹੜਾ 25 ਲੱਖ ਦਾ ਉਹਨੇ ਇਨਾਮ ਵੀ ਰੱਖਿਆ ਸੀ ਕਿ ਜਿਹੜਾ 5 ਕਕਾਰ ਹੈਗੇ ਜਿਹੜੇ ਸਾਨੂੰ ਗੁਰੂ ਮਹਾਰਾਜ ਨੇ ਪੌਲ ਦੇ ਨਾਲ ਬਖਸ਼ੇ, ਉਹ ਗੁਰੂ ਸਾਹਿਬ ਨੇ ਨਹੀਂ ਬਖਸ਼ੇ, ਉਹ ਇੱਕ ਅੰਗਰੇਜ਼ਾਂ ਦੀ ਕੌਨਸਪੀਰੇਸੀ ਸੀ, ਉਹ ਅੰਗਰੇਜ਼ਾਂ ਨੇ ਦਿੱਤੇ ਹੈ, ਅਤੇ ਉਸਨੂੰ ਇਹ ਕਹਿੰਦਾ ਹੈ ਮੈਕੌਲਿਫ ਦੀ ਸਿੱਖੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜਸਰੀਤ ਸਿੰਘ ਜੀ, ਅਸਲ ਦੇ ਵਿੱਚ ਫਿਰ ਤੁਸੀਂ ਉਹਦੇ ਬਾਰੇ ਗੱਲ ਛੇੜ ਦਿੰਦੇ ਹੋ ਜਿਹਦੇ ਬਾਰੇ ਮੈਂ ਗੱਲ ਕਰਨਾ ਨਹੀਂ ਚਾਹੁੰਦਾ। ਮੈਨੂੰ ਲੱਗਦਾ ਜਿਸ ਵੇਲੇ ਅਸੀਂ ਉਸ ਬੰਦੇ ਬਾਰੇ ਗੱਲ ਕਰਦੇ ਹਾਂ ਨਾ, ਉਹਨੂੰ ਅਨਡਿਊ ਇੰਪੋਰਟੈਂਸ ਦਿੰਦੇ ਹਾਂ ਜਿਹੜੀ ਉਹ ਡਿਜ਼ਰਵ ਨਹੀਂ ਕਰਦਾ। ਇਹੋ ਜਿਹੇ ਸਵਾਲ ਕਰਨੇ, ਇਹੋ ਜਿਹੇ ਸਵਾਲ ਉਠਾਉਣੇ, ਫਿਰ ਉਹਨਾਂ ਉੱਤੇ ਇਨਾਮ ਅਨਾਊਂਸ ਕਰਨਾ। ਹੁਣ ਮੈਂ ਇੱਕ ਬੇਨਤੀ ਕਰਾਂ, ਉਹਨੇ 25 ਲੱਖ ਰੁਪਇਆ ਇਨਾਮ ਰੱਖਿਆ ਨਾ, ਇੱਥੇ ਸਾਡੇ ਕੋਲ ਜਿਹੜਾ ਉਹਦਾ ਸਾਰਾ ਬੇਸਿਸ ਹੈ ਨਾ, ਉਹ ਬਚਿੱਤਰ ਨਾਟਕ ਗ੍ਰੰਥ ਹੈ ਜਿਹਨੂੰ ਦਸਮ ਗ੍ਰੰਥ ਉਹ ਕਹਿੰਦੇ ਨੇ, ਉਹਦੇ ਬਿਹਾਫ 'ਤੇ ਸਾਰੀਆਂ ਗੱਲਾਂ ਕਰਦਾ ਉਹ। ਇਹ ਜਿਹੜੀ ਗੱਲ ਕਹਿੰਦਾ ਉਹ ਮੈਕੌਲਿਫ ਦੇ ਬਾਰੇ ਕਹਿੰਦਾ ਵੀ ਉਹਨੇ ਇੰਟਰੋਡਿਊਸ ਕਰਾਇਆ ਉਹ, ਲੇਕਿਨ ਬਾਕੀ ਜਿਹੜਾ ਉਹਦਾ ਸਾਰਾ ਗਰਾਊਂਡ ਹੈ ਨਾ ਉਹ ਬਚਿੱਤਰ ਨਾਟਕ ਗ੍ਰੰਥ ਹੈ, ਦਸਮ ਗ੍ਰੰਥ ਕਹਿ ਲਓ। ਠੀਕ ਹੈ। ਸਾਡੇ ਇੱਥੇ ਮੋਹਾਲੀ ਦੇ ਸਰਾਜ ਜਸਵਿੰਦਰ ਸਿੰਘ ਖਾਲਸਾ ਨੇ ਦੁਬਈ ਵਾਲੇ, ਉਹਨਾਂ ਨੇ 5 ਕਰੋੜ ਦਾ ਇਨਾਮ ਰੱਖਿਆ ਹੋਇਆ। ਓਕੇ। ਕਿ ਕੋਈ ਆ ਕੇ ਸਾਬਤ ਕਰ ਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਿਖਿਆ ਹੋਇਆ ਹੈ, ਮੈਂ ਉਹਨੂੰ 5 ਕਰੋੜ ਇਨਾਮ ਦਿਆਂਗਾ। ਕਈ ਸਾਲ ਹੋ ਗਏ ਨੇ। ਓਕੇ। ਇਹਨੂੰ ਤਾਂ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਆਪ ਆ ਕੇ ਉੱਥੇ ਪਰੂਫ ਦੇਵੇ, 5 ਕਰੋੜ ਰੁਪਇਆ ਲਵੇ। ਠੀਕ ਹੈ, ਠੀਕ ਹੈ, ਠੀਕ ਹੈ, ਅਤੇ ਬਹੁਤ ਵਧੀਆ। 5 ਕਰੋੜ, 25 ਕਰੋੜ, 25 ਲੱਖ ਤੋਂ ਕਿੰਨੇ ਜ਼ਿਆਦਾ ਸਰ? 20-25 ਲੱਖ ਬਣ ਜਾਣਗੇ। 20 ਬਣ ਜਾਣਗੇ ਉਹਦੀ, ਉਹਨੂੰ ਜ਼ਿੰਦਗੀ ਭਰ ਕੰਮ ਕਰਨ ਦੀ ਲੋੜ ਨਹੀਂ ਪੈਣੀ, ਨਾ ਚਾਪਲੂਸੀ ਕਰਨ ਦੀ ਲੋੜ ਪੈਣੀ ਹੈ। ਅਤੇ ਇਹਨਾਂ ਗੱਲਾਂ ਦੀ ਕੋਈ ਮਹੱਤਤਾ ਨਹੀਂ ਹੁੰਦੀ। ਹਾਂਜੀ ਹਾਂਜੀ। ਕਿਉਂ? ਫੈਸਲਾ ਕਰਨ ਵਾਲਾ ਕੌਣ ਹੈ? ਜੇ ਮੈਂ ਮਨ ਬਣਾ ਲਵਾਂ ਕਿ 2 ਅਤੇ 2 5 ਹੁੰਦੇ ਨੇ, ਤੁਸੀਂ ਮੈਨੂੰ ਕਿੱਦਾਂ ਬਣਾ ਲਓਗੇ? ਤੁਸੀਂ 100 ਦਿੱਲੀ ਨਾ ਦੇ ਲਓ, ਮੈਂ ਨਹੀਂ ਮੰਨਦਾ। ਇਹ ਗੱਲਾਂ ਬੇਸਲੈਂਸ ਹੁੰਦੀਆਂ ਨੇ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਪਾਹੁਲ ਛਕਾਈ ਗਈ। ਜਿਹੜਾ ਉਹਨੇ ਕਿੰਤੂ ਕੀਤਾ, ਉਹ ਕਹਿੰਦਾ ਵੀ ਗੁਰੂ ਸਾਹਿਬ 2 ਸਾਲ ਗੁਰੂ ਸਾਹਿਬ ਦਾ ਸਮਾਂ, ਉਹਦੇ ਵਿੱਚ ਕੋਈ ਸ਼ਸਤਰ ਦੀ ਗੱਲ ਨਹੀਂ ਆਉਂਦੀ।
ਸ਼ਸਤਰ ਦੀ ਗੱਲ ਕਿਵੇਂ ਨਹੀਂ ਆਉਂਦੀ? ਹੁਣ ਤੁਸੀਂ ਦੇਖੋ ਕਿ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦਿੱਤੀ ਗਈ, ਹਾਂਜੀ, ਉਹਨਾਂ ਨੂੰ ਦੋ ਕਿਰਪਾਨਾਂ ਪਵਾਈਆਂ ਗਈਆਂ, ਠੀਕ ਹੈ, ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ, ਠੀਕ ਹੈ, ਜਿਹੜੀ ਮੀਰੀ ਦੀ ਇੱਕ ਐਕਸਟਰਾ ਪਾਈ, ਠੀਕ ਹੈ, ਇਹਦਾ ਮਤਲਬ ਪੀਰੀ ਦੀ ਤਾਂ ਪਹਿਲਾਂ ਪਾਈ ਜਾਂਦੀ ਸੀ ਨਾ, ਠੀਕ ਹੈ, ਜਿਹੜੀ ਇਹ ਕਹਾਣੀਆਂ ਨੇ ਕਿ ਡਾਰੀਅਲ ਰੱਖਿਆ ਜਾਂਦਾ ਸੀ ਜੀ, ਪੰਜ ਪੈਸੇ ਰੱਖੇ ਜਾਂਦੇ ਸੀ, ਉਹ ਤਾਂ ਖਤਮ ਹੋ ਗਈ। ਇਹਦਾ ਮਤਲਬ ਗੁਰੂ ਘਰ ਦੇ ਵਿੱਚ ਗੁਰਗੱਦੀ ਦੇਣ ਵੇਲੇ ਕਿਰਪਾਨ ਪਾਉਣ ਦਾ ਰਵਾਇਤ ਸੀ। ਉਸ ਵੇਲੇ ਭਾਵੇਂ ਉਹਨੂੰ ਕਿਰਪਾਨ ਨਹੀਂ ਸੀ ਕਿਹਾ ਜਾਂਦਾ, ਕਿਰਪਾਨ ਲਫਜ਼ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਤੋਂ ਆਇਆ, ਠੀਕ ਹੈ। ਉਹਦੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਚਾਰ ਜੰਗ ਲੜੇ। ਗੁਰੂ ਹਰਿਰਾਇ ਸਾਹਿਬ 2200 ਘੋੜ ਸਵਾਰਾਂ ਦੀ ਫੌਜ ਰੱਖਦੇ ਸੀ, ਉਹ ਸ਼ਸਤਰਾਂ ਤੋਂ ਬਗੈਰ ਹੁੰਦੇ ਸੀ। ਸ਼ਸਤਰ ਗੁਰੂ ਘਰ ਦੇ ਵਿੱਚ ਨਾਲ ਚੱਲੇ ਨੇ, ਲੇਕਿਨ ਸ਼ਸਤਰ ਉਸ ਵੇਲੇ ਪਕੜਾਇਆ ਜਿਸ ਵੇਲੇ ਆਤਮਕ ਤੌਰ ਦੇ ਉੱਤੇ ਪੂਰਾ ਮਜ਼ਬੂਤ ਕਰ ਦਿੱਤਾ। ਇੱਕ ਬੁਜ਼ਦਿਲ ਆਦਮੀ ਦੇ ਹੱਥ ਵਿੱਚ ਤੁਸੀਂ ਸ਼ਸਤਰ ਪਕੜਾ ਦਿਓ, ਉਹ ਫਾਇਦਾ ਉਹਦੀ ਬਜਾਏ ਕੋਈ ਨੁਕਸਾਨ ਕਰ ਲਏਗਾ, ਉਹਦਾ ਸ਼ਸਤਰ ਹੀ ਖੋ ਕੇ ਅਗਲਾ ਮਾਰ ਦੇਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤੀ ਸਮਾਜ ਬਹੁਤ ਬੁਜ਼ਦਿਲ ਸੀ ਉਸ ਵੇਲੇ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜਿਹੜਾ ਹੈ। ਫਿਰ ਸਾਡਾ ਜਿਹੜਾ ਪਾਹੁਲ ਦਾ ਸੰਸਕਾਰ ਹੈ, ਜਿਹਨੂੰ ਅੰਮ੍ਰਿਤ ਛਕਾਉਣ ਦਾ ਸੰਸਕਾਰ ਕਹਿੰਦੇ ਹਾਂ, ਇਹ ਗੁਰੂ ਨਾਨਕ ਸਾਹਿਬ ਨੇ ਪਾਹੁਲ ਨਹੀਂ ਛਕਾਈ। ਗੁਰੂ ਨਾਨਕ ਸਾਹਿਬ ਪਾਹੁਲ ਨਹੀਂ ਸੀ ਛਕਾ ਸਕਦੇ। ਅਸਲ ਦੇ ਵਿੱਚ ਜਿਹੜੀ ਮਜ਼ਬੂਤੀ ਲਿਆਉਣ ਦੀ ਲੋੜ ਸੀ, ਜਿਹੜੀ ਅੰਦਰੋਂ ਕਮਜ਼ੋਰੀ ਕੱਢਣ ਦੀ ਲੋੜ ਸੀ, ਇੱਕ ਆਤਮਕ ਬਲ ਲਿਆਉਣ ਦੀ ਲੋੜ ਸੀ, ਉਹਦੇ ਵਾਸਤੇ 200 ਸਾਲ ਦਾ ਸਮਾਂ ਲੱਗਾ। ਜਿਹੜੀ ਮਾਨਸਿਕ ਗੁਲਾਮੀ ਹੁੰਦੀ ਹੈ ਨਾ, ਜਿਹਦੇ ਵਿੱਚ ਉਹ ਵੀਰ ਵੀ ਮੈਨੂੰ ਫਸਿਆ ਨਜ਼ਰ ਆਉਂਦਾ, ਮਾਨਸਿਕ ਗੁਲਾਮੀ, ਉਹ ਮਾਨਸਿਕ ਗੁਲਾਮੀ ਬਹੁਤ ਔਖੀ ਨਿਕਲਦੀ ਹੈ। ਤਾਂ ਹੀ ਤਿਰੰਗੇ ਵਾਲੀ ਪੱਗ ਬਣ ਕੇ ਆਉਂਦਾ ਸਪੈਸ਼ਲੀ। ਨਹੀਂ, ਉਹ ਤਾਂ ਦੇਖੋ ਇਹ ਇੱਕ ਇਨਫੈਰੀਅਰਿਟੀ ਕੰਪਲੈਕਸ ਹੈ ਨਾ, ਹੀਨ ਭਾਵਨਾ ਹੈ ਆਪਣੇ ਅੰਦਰ। ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦਾ ਕਿ ਮੈਂ ਬੜਾ ਦੇਸ਼ ਭਗਤ ਹਾਂ, ਮੈਨੂੰ ਐਕਸੈਪਟ ਕਰ ਲਓ, ਮੈਨੂੰ ਐਕਸੈਪਟ ਕਰ ਲਓ। ਜਿਸ ਬੰਦੇ ਦੀ ਮੈਂ ਇਸੇ ਕਰਕੇ ਕਹਿ ਰਿਹਾ, ਉਹਦੇ ਬਾਰੇ ਗੱਲ ਕਰਕੇ ਜਿਹੜਾ ਨਾ ਐਵੇਂ ਉਹਨੂੰ। ਚਲੋ ਆਪਾਂ ਜਿਹੜੇ ਹੋਰ ਉਹਨਾਂ ਦੇ ਸੁਣ ਕੇ ਜਿਹੜੇ ਬੰਦਿਆਂ ਦੇ ਦਿਮਾਗ 'ਚ ਕਨਫਿਊਜ਼ਨ ਪੈਦਾ ਹੋ ਰਹੀ ਹੈ ਜਾਂ ਜਿਹਨਾਂ ਨੂੰ ਵਾਕਈ ਸਹੀ ਇਨਫੋਰਮੇਸ਼ਨ ਜਾਣਨੀ ਹੈ, ਆਪਾਂ ਉਹਨਾਂ ਲਈ ਕਰ ਰਹੇ ਹਾਂ, ਉਸ ਦੇ ਲਈ ਨਹੀਂ। ਪਾਹੁਲ ਛਕਾਈ ਗਈ 10ਵੇਂ ਪਾਤਸ਼ਾਹ ਵੱਲੋਂ, ਠੀਕ ਹੈ, ਔਰ ਉਹੀ ਸਿੱਖ ਜਿਹੜਾ ਗੁਰੂ ਨਾਨਕ ਸਾਹਿਬ ਨੇ ਬਣਾਇਆ ਸੀ ਉਹਨੂੰ ਹੀ ਖਾਲਸੇ ਦੇ ਰੂਪ ਦੇ ਵਿੱਚ ਬਦਲਿਆ ਗਿਆ। ਠੀਕ, ਇਸ ਗੱਲ ਨੂੰ ਉਹ ਵੀ ਮੰਨਦਾ ਕਿ ਅੰਮ੍ਰਿਤ ਛਕਾਇਆ ਗਿਆ, ਇਹਦੇ ਬਾਰੇ ਕੋਈ ਸ਼ੰਕੇ ਵਾਲੀ ਗੱਲ ਨਹੀਂ। ਹੁਣ ਸ਼ੰਕੇ ਵਾਲੀ ਗੱਲ ਜਿਹੜੀ ਉਹਨੂੰ ਹੈ, ਉਹ ਸਿਰਫ ਉਹ ਕਕਾਰਾਂ ਬਾਰੇ ਹੈ, ਜਿਹਦੇ ਦਲੀਲ ਹੋਏ ਦਿੰਦਾ ਕਿ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਕੋਈ ਸ਼ਸਤਰ ਦਾ ਹਿਸਾਬ ਕਿਤਾਬ ਨਹੀਂ ਸੀ। ਹੁਣ ਇਹ ਵੀ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਸ਼ਸਤਰ ਦਿੱਤੇ, ਕੌਂਟਰਡਿਕਟਰੀ ਗੱਲ ਕਰ ਰਹੇ, ਕੌਂਟਰਡਿਕਟਰੀ ਗੱਲ ਹੋ ਗਈ, ਬੇਸ ਨਹੀਂ ਹੈ ਨਾ ਉਹਦੀ ਕੋਈ ਨੌਲੇਜ ਦਾ। ਜੇ ਸਾਨੂੰ ਪਾਹੁਲ ਛਕਾ ਕੇ ਕੋਈ ਚੇਂਜ ਲਿਆਂਦਾ ਗਿਆ, ਤਾਂ ਚੇਂਜ ਕੀ ਸੀ? ਜਿਸ ਵੇਲੇ ਗੁਰੂ ਨਾਨਕ ਸਾਹਿਬ ਨੂੰ 9 ਸਾਲ ਦੀ ਉਮਰ ਦੇ ਵਿੱਚ ਕਿਹਾ ਗਿਆ ਜਨੇਊ ਪਾਉਣ ਵਾਸਤੇ, ਅਤੇ ਗੁਰੂ ਨਾਨਕ ਸਾਹਿਬ ਨੇ ਪਾਂਧੇ ਨੂੰ ਸਵਾਲ ਕੀਤਾ ਸੀ, ਹਰਦਿਆਲ ਪੰਡਿਤ ਨੂੰ, ਕਿ ਜਨੇਊ ਕਾਹਦੇ ਲਈ ਪਾਉਣ ਲੱਗੇ ਹੋ? ਉਹਨੇ ਕਿਹਾ ਵੀ ਇਹਦੇ ਨਾਲ ਤੂੰ ਧਰਮ ਦੀ ਦੁਨੀਆਂ 'ਚ ਦਾਖਲ ਹੋ ਜਾਏਗਾ, ਤੂੰ ਹਿੰਦੂ ਬਣ ਜਾਏਗਾ। ਉਹਨਾਂ ਕਿਹਾ ਵੀ ਧਰਮ ਵੀ ਬਣਨ ਵਾਸਤੇ ਜੀਵਨ 'ਚ ਕੋਈ ਗੁਣ ਚਾਹੀਦੇ ਨੇ, ਮੈਨੂੰ ਦੱਸ ਕੇ ਇਹਦੇ ਨਾਲ ਮੇਰੇ ਜੀਵਨ 'ਚ ਕੀ ਤਬਦੀਲੀ ਆਏਗੀ, ਗੁਣ ਕੀ ਆਉਣਗੇ? ਪੰਡਿਤ ਹਰਦਿਆਲ ਹੈਰਾਨ ਰਹਿ ਗਿਆ ਕਿ ਇੱਕ ਛੋਟਾ ਜਿਹਾ ਬੱਚਾ ਕੀ ਸਵਾਲ ਕਰ ਰਿਹਾ। ਉਹਨਾਂ ਕਿਹਾ ਵੀ ਨਾਨਕ ਤੂੰ ਕੀ ਚਾਹੁੰਦਾ? ਉੱਥੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗਿਆ ਨਾ ਇਹ ਜਲੇ ਨਾ ਜਾਏ, ਤਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ। ਜਿਹੜਾ ਤੂੰ ਕਰਨ ਲੱਗਾ, ਚੌਕੜ ਮੋਲਣ ਆਇਆ, ਮੈਂ ਚੌਕੇ ਪਾਇਆ, 4 ਕੌਡੀਆਂ ਦਾ ਧਾਗਾ ਖਰੀਦ ਕੇ ਲਿਆਇਆ ਅਤੇ ਲਿਆ ਕੇ ਮੇਰੇ ਗਲੇ 'ਚ ਪਾ ਦੇਣਾ, ਚੌਕੇ 'ਚ ਬਹਿ ਕੇ ਚੌਕੜ ਮੋਲਣ ਆਇਆ, ਮੈਂ ਚੌਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ, ਤੂੰ ਮੇਰੇ ਕੰਨ ਦੇ ਵਿੱਚ ਮੁੜ ਕੇ ਕਹੇਗਾ ਵੀ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੋਇਆ। ਇਹ ਕੀ ਧਰਮ ਹੋਇਆ? ਗੁਣ ਚਾਹੀਦੇ ਨੇ ਧਰਮੀ ਬਣਨ ਵਾਸਤੇ। ਇਹ ਤਾਂ ਪਖੰਡ ਅਤੇ ਗੁਲਾਮੀ ਹੋਇਆ, ਧਰਮ ਤਾਂ ਨਹੀਂ ਹੋਇਆ। ਇਸ ਕਰਕੇ ਸਤਿਗੁਰੂ ਨੇ 200 ਸਾਲ ਸਾਡੇ ਅੰਦਰ ਧਰਮ ਭਰਿਆ, ਸਪਿਰਚੁਅਲੀ ਇਨਹਾਂਸ ਕੀਤਾ, ਸਪਿਰਚੁਅਲੀ ਇਨਹਾਂਸ ਕੀਤਾ, ਉਹ ਬਲ ਲਿਆਂਦਾ ਸਾਡੇ ਅੰਦਰ। ਉਹਦੇ ਬਾਅਦ ਸਾਨੂੰ ਸਾਡੇ ਗੁਣਾਂ ਦਾ ਪ੍ਰਤੀਕ ਪਾਹੁਲ ਛਕਾਈ ਹੈ। ਸਾਡੀ ਪਾਹੁਲ ਦੇ ਵਿੱਚ ਸਾਡੇ ਕਕਾਰ ਵੀ ਗੁਣਾਂ ਦੇ ਪ੍ਰਤੀਕ ਨੇ। ਸਾਨੂੰ ਤਲਵਾਰ ਨਹੀਂ ਫੜਾਈ, ਕਿਰਪਾਨ। ਪਹਿਲਾਂ ਇਸੇ ਸ਼ਸਤਰ ਦਾ ਨਾਂ ਤਲਵਾਰ ਸੀ, ਮੇਰੇ ਸਤਿਗੁਰੂ ਨੇ ਜਿਹੜੇ ਸਾਨੂੰ ਪਹਿਨਾਈ ਇਹਦਾ ਨਾਂ ਕਿਰਪਾਨ ਰੱਖਿਆ। ਸਿੱਖਾ, ਤੈਨੂੰ ਮੈਂ ਜ਼ਾਲਮ ਨਹੀਂ ਬਣਾਉਣਾ ਚਾਹੁੰਦਾ। ਤਲਵਾਰ ਸ਼ਬਦ ਆਇਆ ਤਲੇਵਾਰ ਤੋਂ, ਵੀ ਜਿਹੜਾ ਥੱਲੇ ਪਿਆ ਹੋਇਆ ਉਹਦੇ ਉੱਤੇ ਵਾਰ ਕਰਨ ਵਾਲਾ ਸ਼ਸਤਰ, ਮਜ਼ਲੂਮ ਦੇ ਉੱਤੇ ਵਾਰ ਕਰਨ ਵਾਲਾ ਸ਼ਸਤਰ। ਮੈਂ ਤੈਨੂੰ ਜ਼ਾਲਮ ਨਹੀਂ ਬਣਾਉਣਾ ਚਾਹੁੰਦਾ, ਮੈਂ ਤੈਨੂੰ ਧਰਮੀ ਬਣਾਉਣਾ ਚਾਹੁੰਦਾ, ਤੇਰੇ ਗੱਲ ਕਿਰਪਾਨ ਪਵਾ ਰਿਹਾ। ਇਹ ਕਿਰਪਾਨ, ਕਿਰਪਾ ਅਤੇ ਆਨ ਦੋ ਲਫਜ਼ਾਂ ਦਾ ਮੇਲ ਹੈ।
ਇਹ ਉਦੋਂ ਮਿਆਨ 'ਚੋਂ ਬਾਹਰ ਆਵੇ ਜਦੋਂ ਤੂੰ ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੋਵੇ, ਕਿਰਪਾ ਕਰਨੀ ਹੋਵੇ, ਜਾਂ ਫਿਰ ਉਦੋਂ ਬਾਹਰ ਆਵੇ ਜਦੋਂ ਤੇਰੀ ਅਣਖ ਦੇ ਉੱਤੇ ਚੋਟ ਪਵੇ। ਸਾਨੂੰ ਕਛਹਿਰਾ ਪਵਾਇਆ ਜਿਹੜਾ ਸਾਡੇ ਉੱਚੇ ਕਰੈਕਟਰ ਦਾ ਪ੍ਰਤੀਕ ਹੈ। ਜਿਹੜੀ ਗਈ ਸੀ ਨਾ ਜੱਤ ਗੰਢੀ ਸੱਤ ਵੱਟ, ਜਿਹੜੀ ਜੱਤ ਸਾਡਾ ਕਛਹਿਰਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਕਿਸੇ ਪਰਾਈ ਧੀ ਭੈਣ ਨਾਲ ਭੈੜੀ ਨਜ਼ਰ ਨਾਲ ਨਹੀਂ ਵੇਖਦੇ। ਔਰ ਇਤਿਹਾਸ ਗੱਲ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਹੈ, ਅੱਜ ਕਦੀ ਕਿਸੇ ਦੀ ਇੱਜ਼ਤ ਲੁੱਟੀ ਨਹੀਂ। ਜੇ ਗੱਲ ਕੇਸਾਂ ਦੀ ਕਰੀਏ, ਇਹਨਾਂ ਦੀਆਂ ਬਚਾਈਆਂ ਨੇ ਜਿਹੜੇ ਅੱਜ ਸਾਡੀ ਕਕਾਰਾਂ 'ਤੇ ਸਵਾਲ ਚੁੱਕਦੇ ਨੇ। ਜੇ ਆਹ ਕਕਾਰਾਂ ਵਾਲੇ ਨਾ ਹੁੰਦੇ ਤਾਂ ਅੱਜ ਹੈ ਹਿੰਦ ਦਾ ਦੇਸ਼ ਹੁੰਦਾ, ਅਤੇ ਨਾ ਹੈ ਪਿੱਛੇ ਜਿਹੜੇ ਆਪਣੇ ਦੀਕਸ਼ਿਤ ਕੌਲ 'ਤੇ ਜਨਹੂ ਪਾਉਂਦੇ ਨੇ, ਇਹ ਲਾ ਵੀ ਨਾ ਫਕਦੇ। ਅੱਜ ਕੋਈ ਇਹਨਾਂ ਦੇ ਨਾਮ ਦੇ ਅੱਗੇ ਮੁਹੰਮਦ ਜਾਂ ਕੁਛ ਹੋਰ ਲੱਗਿਆ ਹੁੰਦਾ। ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਸਭ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਸੁਨਤ ਹੋਤੀ ਸਭ ਕੀ। ਉਸ ਸਮੇਂ ਦਾ ਸ਼ਾਇਰ ਕਹਿੰਦਾ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਮੁਗਲੋ ਸੇ ਕੈਸੇ ਲੜ ਪਾਊਂ। ਇਹ ਇਹਨਾਂ ਲੋਕਾਂ ਦੀ ਸੋਚ ਸੀ। ਦਬੇ ਕੁਚਲੇ ਲੋਕ ਸੀ, ਜੰਜੀਰਾਂ 'ਚ ਵੜੇ ਹੋਏ ਸੀ। ਇਹਨਾਂ ਨੂੰ ਜੰਜੀਰਾਂ 'ਚੋਂ ਕੱਢਿਆ ਗੁਰੂ ਕੇ ਸਿੱਖਾਂ ਨੇ, ਗੁਰੂ ਦੀ ਕਿਰਪਾ ਦੇ ਨਾਲ। ਇਸ ਗੱਲ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ 800 ਸਾਲ ਦੀ ਗੁਲਾਮੀ ਸੀ ਇਹਦੀ। ਦਬੀ ਕੁਚਲੀ ਹੋਈ ਭਾਰਤੀ ਸੰਸਕ੍ਰਿਤੀ ਨੂੰ ਕੱਢ ਕੇ ਗੁਰੂ ਸਾਹਿਬ ਇੱਥੇ ਲੈ ਕੇ ਆਏ। ਅਤੇ ਮੈਂ ਦੇਖਦਾ ਇਹਨਾਂ ਦੇ ਨਾਲ ਜਿਹੜੇ ਖਾਲਸਾ ਜੀ, ਸੋਰੀ ਟੂ ਇੰਟਰਪਟ ਯੂ, ਜਿਹੜਾ ਨਾਲ ਬੈਠਾ ਹੁੰਦਾ ਉਹ ਵੀ ਇੱਕ ਦੀਕਸ਼ਿਤ ਹੁੰਦਾ, ਬ੍ਰਾਹਮਣ, ਇੱਕ ਕੌਲ। ਇਹਨਾਂ ਨੂੰ ਸ਼ਰਮ ਨਹੀਂ ਕਿ ਮਤਲਬ ਇੱਕ ਅਸੀਂ ਉਸ ਗੁਰੂ ਦੇ ਪਾਕ ਸ਼ਸਤਰਾਂ ਉੱਤੇ, ਕਕਾਰਾਂ ਉੱਤੇ ਸਵਾਲ ਚੁਕਵਾ ਰਹੇ ਹਾਂ ਜਿਸ ਗੁਰੂ ਨੇ ਆਪਣਾ ਸਭ ਕੁਝ ਵਾਰਤਾ ਮਾਨਵਤਾ ਦੇ ਲਈ। ਚਲੋ ਮੈਂ ਗੱਲ ਨੂੰ ਕੰਪਲੀਟ ਕਰਦੇ ਹਾਂ। ਹਾਂਜੀ, ਕੇਸਾਂ ਬਾਰੇ ਤਾਂ ਸਾਡਾ ਕੰਸੈਪਟ ਹੀ ਬਿਲਕੁਲ ਡਿਫਰੈਂਟ ਹੈ। ਹਾਂਜੀ, ਅਸੀਂ ਕੇਸ ਇਸ ਕਰਕੇ ਨਹੀਂ ਕੱਟਦੇ ਕਿਉਂਕਿ ਅਸੀਂ ਅਕਾਲਪੁਰ ਦੀ ਸਿਆਣਪ 'ਚ ਪੂਰਨ ਵਿਸ਼ਵਾਸ ਰੱਖਦੇ ਹਾਂ, ਉਹਦੇ ਪਾਣੀ 'ਚ ਰਹਿੰਦੇ ਹਾਂ, ਉਹਦੇ ਪਾਣੀ 'ਚ ਰਹਿੰਦੇ, ਉਹਦੀ ਰਜ਼ਾ 'ਚ ਰਹਿੰਦੇ ਹਾਂ। ਬਿਲਕੁਲ, ਸਾਡੀ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ? ਕਿਵ ਸੱਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ। ਔਰ ਇਹ ਪਹਿਲੀ ਪੌੜੀ ਹੈ ਜਪ ਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪੰਨੇ 'ਤੇ ਹੈ। ਉਹਦੇ ਬਾਅਦ ਦੂਜੀ ਪੌੜੀ ਜਿਹੜੀ ਸ਼ੁਰੂ ਹੁੰਦੀ ਹੈ, ਦੂਜੀ ਪੌੜੀ ਸ਼ੁਰੂ ਇੱਥੋਂ ਹੁੰਦੀ ਹੈ, ਹੁਕਮੀ ਹੋਵਣ ਆਕਾਰ। ਆਹ ਜਿਹੜੇ ਸਾਡੇ ਸਰੀਰ ਬਣਿਆ, ਜੋ ਵੀ ਸ਼ੇਪਸ ਬਣੀਆਂ, ਇਹ ਦੁਨੀਆ ਵੀ ਵਜੂਦ ਦੇ ਵਿੱਚ ਆਈ ਹੈ, ਉਹਦੇ ਹੁਕਮ ਨਾਲ ਆਈ ਹੈ, ਉਹਦੇ ਹੁਕਮ ਨਾਲ ਆਈ ਹੈ। ਅਤੇ ਅਸੀਂ ਉਹਦੇ ਹੁਕਮ ਨੂੰ ਮੰਨਦੇ ਹਾਂ, ਅਸੀਂ ਇਸ ਕਰਕੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਕਰਾਂ, ਮੈਂ ਨਾਂ ਨਹੀਂ ਲਵਾਂਗਾ ਹੁਣ ਇੱਥੇ। ਮੇਰੇ ਇੱਕ ਫਰੈਂਡ ਨੇ, ਉਹ ਕ੍ਰਿਸਚਨ ਨੇ, ਐਕਚੁਲੀ ਸਾਡਾ ਉਹਨਾਂ ਦੇ ਨਾਲ ਕਾਰੋਬਾਰੀ ਸੰਬੰਧ ਹੈ, ਸਾਡਾ ਬਿਜ਼ਨਸ ਹੈ, ਉਹ ਕਿਸੇ ਕੰਪਨੀ ਦੇ ਐਗਜ਼ੀਕਿਊਟਿਵ ਨੇ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਹ ਆਪ ਮੰਨਾਂਗਾ ਕਿ ਜਿੰਨੀ ਕਮਿਟਮੈਂਟ ਉਹਨਾਂ ਦੇ ਵਿੱਚ ਹੈ ਆਪਣੀ ਧਰਮ ਪ੍ਰਤੀ, ਆਪਣੀ ਕੌਮ ਪ੍ਰਤੀ, ਅਸੀਂ ਉਹਦੇ ਨੇੜੇ ਤੇੜੇ ਵੀ ਨਹੀਂ। ਇੱਕ ਦਿਨ ਉਹ ਮੇਰੇ ਨਾਲ ਟਰੈਵਲ ਕਰ ਰਹੇ ਸੀ, ਅਤੇ ਉਹ ਮੈਨੂੰ ਰਸਤੇ 'ਚ ਕਹਿੰਦੇ, ਰਜਿੰਦਰ ਸਿੰਘ ਜੀ, ਆਈ ਵਾਂਟ ਟੂ ਆਸਕ ਯੂ ਵਨ ਕੁਐਸਚਨ। ਮੈਂ ਕਿਹਾ, ਯੂ ਆਰ ਵੈਲਕਮ। ਕਹਿੰਦਾ, ਪਲੀਜ਼ ਡੋਂਟ ਮਾਈਂਡ ਇਟ, ਬਟ ਵਾਈ ਡੂ ਯੂ ਗਰੋ ਲੌਂਗ ਹੇਅਰ? ਮੈਂ ਕਿਹਾ, ਯੂਅਰ ਕੁਐਸਚਨ ਇਜ਼ ਡੌਗ, ਬਿਕੋਜ਼ ਆਈ ਹੈਵ ਨਾਟ ਗਰੋਨ ਦੈਮ, ਆਈ ਹੈਵਨਟ ਪੁੱਟ ਐਨੀ ਸੀਡਸ ਫਾਰ ਦੈਮ, ਆਈ ਹੈਵਨਟ ਯੂਜ਼ਡ ਐਨੀ ਫਰਟੀਲਾਈਜ਼ਰ ਫਾਰ ਦੈਮ, ਦੇ ਆਰ ਨੈਚੁਰਲ, ਕੁਐਸਚਨ ਸ਼ੁੱਡ ਬੀ ਫਰੋਮ ਮਾਈ ਸਾਈਡ, ਵੈਨ ਦੇ ਆਰ ਨੈਚੁਰਲ ਵਾਈ ਡੂ ਕੱਟ ਦੈਮ? ਬਟ ਓਕੇ, ਸਿੰਸ ਯੂ ਹੈਵ ਆਸਕ ਮੀ ਦਿਸ ਕੁਐਸਚਨ, ਆਈ ਲਾਈਕ ਟੂ ਰਿਪਲਾਈ ਯੂ, ਬਟ ਬਿਫੋਰ ਆਈ ਰਿਪਲਾਈ ਯੂ, ਆਈ ਵਾਂਟ ਟੂ ਆਸਕ ਯੂ ਟੂ ਕੁਐਸਚਨਸ। ਮਾਈ ਫਸਟ ਕੁਐਸਚਨ ਇਜ਼, ਵਟ ਡੂ ਥਿੰਕ ਅਬਾਊਟ ਦਾ ਵਿਜ਼ਡਮ ਆਫ ਦਾ ਗੋਡ? ਥੋੜ੍ਹਾ ਜਿਹਾ ਸੋਚੀ ਪੈ ਗਿਆ, ਥੋੜ੍ਹਾ ਸੋਚ ਕੇ ਕਹਿੰਦਾ, ਸੋਰੀ ਆਈ ਡਿਡਨਟ ਗੈਟ ਯੂਅਰ ਕੁਐਸਚਨ। ਮੈਂ ਕਿਹਾ, ਮਾਈ ਕੁਐਸਚਨ ਇਜ਼ ਵੈਰੀ ਸਿੰਪਲ, ਵਟ ਯੂ ਥਿੰਕ, ਹਾਓ ਵਾਈਜ਼ ਇਜ਼ ਗੋਡ? ਡਜ਼ ਹੀ ਕਮਿਟ ਐਨੀ ਫੋਲੀਜ਼ ਆਲਸੋ? ਡਜ਼ ਹੀ ਐਨੀਥਿੰਗ ਵਿਚ ਇਜ਼ ਨੋਟ ਰਿਕੁਆਇਰਡ ਔਰ ਵਿਚ ਇਜ਼ ਰੋਂਗ? ਹੁਣ ਉਹ ਕਿਉਂਕਿ ਬੜਾ ਕਮਿਟਿਡ ਕ੍ਰਿਸਚਨ ਹੈ, ਉਹਦੇ ਜਿਵੇਂ ਅੰਦਰੋਂ ਜਵਾਬ ਨਿਕਲਦਾ ਨਾ, ਉਹਦੇ ਕਹਿੰਦਾ, ਨੋੜੋ, ਹੀ ਇਜ਼ ਆਲ ਵਾਈਜ਼। ਮੈਂ ਕਿਹਾ, ਓਕੇ, ਮਾਈ ਸੈਕਿੰਡ ਕੁਐਸਚਨ, ਵਾਈ ਡਿਡ ਕ੍ਰਾਈਸਟ ਗ੍ਰੋ ਲੌਂਗ ਹੇਅਰ? ਉਹ ਸੋਚੀ ਪੈ ਗਿਆ, ਥੋੜ੍ਹਾ ਸੋਚ ਕੇ ਕਹਿੰਦਾ, ਵੈਲ, ਮੋਸਟ ਆਫ ਦਾ ਗੋਡ ਮੈਨ ਦੇ ਹੈਵ ਲੌਂਗ ਹੇਅਰ, ਹਿੰਦੂ ਅਵਤਾਰਸ ਐਂਡ ਡੇਟੀਜ਼ ਦੇ ਹੈਵ ਲੌਂਗ ਹੇਅਰ, ਈਵਨ ਮੁਹੰਮਦ ਸਾਹਿਬ ਹੈਡ ਲੌਂਗ ਹੇਅਰ, ਬੁੱਧਾ ਦੋ ਅਰਲੀਅਰ ਹੀ ਵਾਜ਼ ਬਾਲਡ, ਬਟ ਵੈਨ ਹੀ ਗੋਟ ਨਿਰਵਾਣਾ ਆਫਟਰ ਦੈਟ ਹੀ ਗਰੂ ਲੌਂਗ ਹੇਅਰ, ਸੋ ਮੋਸਟ ਆਫ ਦਾ ਅਵਤਾਰਸ ਐਂਡ ਡੇਟੀਜ਼ ਹੈਵ ਲੌਂਗ ਹੇਅਰ। ਹੈ ਦਿਸ ਨੋਟ ਦਾ ਆਨਸਰ ਟੂ ਮਾਈ ਕੁਐਸਚਨ? ਯੂ ਆਰ ਜਸਟ ਰੀਅਫਰਮਿੰਗ ਮਾਈ ਵਿਊਜ਼ ਕਿ ਮੋਸਟ ਆਫ ਦਾ ਗੋਡ ਮੈਨ ਦੇ ਹੈਵ ਲੌਂਗ ਹੇਅਰ। ਆਮ ਆਸਕਿੰਗ ਵਾਈ? ਉਹਨੂੰ ਕੋਈ ਸਵਾਲ ਨਹੀਂ, ਜਵਾਬ ਨਹੀਂ ਸੀ ਸੁੱਝ ਰਿਹਾ। ਥੋੜ੍ਹਾ ਸੋਚਿਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਸ਼ਾਲਾ ਹੀ ਰਿਪਲਾਈ? ਕਹਿੰਦਾ, ਯੈਸ। ਮੈਂ ਕਿਹਾ, ਬਿਕੋਜ਼ ਕ੍ਰਾਈਸਟ ਹੈਡ ਫੁੱਲ ਫੇਥ ਇਨ ਦਾ ਵਿਜ਼ਡਮ ਆਫ ਦਾ ਗੋਡ, ਹੀ ਨਿਊ ਇਫ ਗੋਡ ਹੈਜ਼ ਗਿਵਨ ਅਸ ਦੀਜ਼ ਹੇਅਰ, ਦੇ ਹੈਵ ਸਮ ਵੈਲਿਊ, ਦੇ ਹੈਵ ਸਮ ਇੰਪੋਰਟੈਂਸ ਇਨ ਅਵਰ ਲਾਈਫ।
and cutting them will be insulting the god. That's why he did not cut them. And a wonder came. He was coming, ਸਾਡੇ ਕੋਲ ਤਕਰੀਬਨ ਹਰ ਮਹੀਨੇ ਇੱਕ ਵਿਜ਼ਿਟ ਉਹਨਾਂ ਦੀ ਹੁੰਦੀ ਸੀ, ਆਫਿਸ਼ੀਅਲ ਵਿਜ਼ਿਟ ਹੁੰਦੀ ਸੀ. ਅਗਲੇ ਮਹੀਨੇ ਆਇਆ, ਉਹਨੇ ਵਾਲ ਨਹੀਂ ਸੀ ਕੱਟੇ, ਪਰ ਅਸੀਂ ਨੋਟਿਸ ਨਹੀਂ ਕੀਤਾ ਕੋਈ ਖਾਸ, ਥੋੜ੍ਹੇ ਥੋੜ੍ਹੇ ਗਰੋ ਹੋਏ ਹੋਏ ਸੀ. ਦੋ ਕੁ ਮਹੀਨੇ ਬਾਅਦ ਨੋਟ ਕੀਤਾ, ਦਾੜੀ ਵੀ ਕਿੰਨੀ ਵੱਧ ਰਹੀ ਹੈ, ਕੇਸ ਵੀ ਵੱਧ ਰਹੇ ਨੇ, ਔਰ ਉਹਨੇ ਵਾਲ ਰੱਖਣੇ ਸ਼ੁਰੂ ਕਰਤੇ ਇਸ ਗੱਲ ਦੇ ਉੱਤੇ. ਸਾਡੇ ਜਿਹੜੇ ਕੇਸ ਨੇ, ਇਹ ਅਕਾਲ ਪੁਰਖ ਦੀ ਸਿਆਣਪ ਅਤੇ ਸਾਡਾ ਵਿਸ਼ਵਾਸ ਦਾ ਪ੍ਰਤੀਕ ਹੈ. ਅਸੀਂ ਅਕਾਲ ਪੁਰਖ ਦੀ ਸਿਆਣਪ 'ਤੇ ਪੂਰਨ ਵਿਸ਼ਵਾਸ ਰੱਖਦੇ ਹਾਂ. ਬਿਲਕੁਲ. ਸਾਨੂੰ ਜਿਹੜੇ ਕਕਾਰ ਦਿੱਤੇ ਨੇ, ਸਾਰੇ ਸਾਡੇ ਗੁਣਾਂ ਦੇ ਪ੍ਰਤੀਕ ਨੇ. ਸਾਨੂੰ ਕੇਸਾਂ ਦੇ ਵਿੱਚ ਕੰਘਾ ਦਿੱਤਾ. ਹੁਣ ਸੋਚ ਜਿਹੜੀ ਹੈ ਉਹ ਦਿਮਾਗ 'ਚ ਹੁੰਦੀ ਹੈ. ਅਸੀਂ ਰੋਜ਼ ਕੰਘਾ ਬਾਹੁੰਦੇ ਹਾਂ, ਉਹਦੇ ਵਿੱਚ ਜਿਹੜੇ ਕੇਸ ਡੈੱਡ ਹੁੰਦੇ ਨੇ ਉਹ ਅਸੀਂ ਕੱਢ ਦਿੰਦੇ ਹਾਂ. ਅਸੀਂ ਉਹਨਾਂ ਨੂੰ ਸੰਭਾਲਦੇ ਹਾਂ. ਜਿਹੜੇ ਲਾਈਵ ਕੇਸ ਨੇ, ਜਿਹੜੇ ਜ਼ਿੰਦਾ ਨੇ, ਅਸੀਂ ਉਹਨਾਂ ਨੂੰ ਸੰਭਾਲ ਕਰਦੇ ਹਾਂ. ਜਿਹੜੇ ਡੈੱਡ ਹੋ ਜਾਂਦੇ ਨੇ ਉਹਨਾਂ ਨੂੰ ਕੱਢ ਦਿੰਦੇ ਹਾਂ. ਸਾਡਾ ਕੰਘਾ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੇ ਸਾਡੇ ਖਿਆਲ, ਜਿਹੜੀ ਸਾਡੀ ਸੋਚ ਗੁਰੂ ਤੋਂ ਟੁੱਟ ਗਈ ਹੈ, ਉਹਨਾਂ ਨੂੰ ਅਸੀਂ ਬਾਹਰ ਕੱਢ ਦਿੱਤਾ. ਅਸੀਂ ਰੋਜ਼ ਆਪਣੀ ਸਵੈ ਪੜਚੋਲ ਕਰਕੇ ਬਾਹਰ ਕੱਢ ਦੇਣਾ. ਜਿਵੇਂ ਰੋਜ਼ ਕੰਘਾ ਫੇਰ ਕੇ ਇਹਨਾਂ ਨੂੰ ਬਾਹਰ ਕੱਢ ਦਿੰਦੇ ਹਾਂ, ਅਸੀਂ ਆਪਣੇ ਗਲਤ ਵਿਚਾਰਾਂ ਨੂੰ, ਜਿਹੜੇ ਗੁਰੂ ਤੋਂ ਟੁੱਟੇ ਹੋਏ ਵਿਚਾਰ ਨੇ, ਉਹਨਾਂ ਨੂੰ ਰੋਜ਼ ਆਪਣੀ ਸਵੈ ਪੜਚੋਲ ਕਰਕੇ ਬਾਹਰ ਕੱਢ ਦੇਣਾ. ਇੰਟਰੋਸਪੈਕਟ ਕਰਕੇ ਰੋਜ਼ ਅਸੀਂ ਆਤਮ ਚਿੰਤਨ ਕਰਕੇ ਗੁਰੂ ਦੀ ਤੋਂ ਸਮਝ ਲੈ ਕੇ ਉਹਨਾਂ ਨੂੰ ਬਾਹਰ ਕੱਢ ਦੇਣਾ. ਜਿਹੜੀ ਗੁਰਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਰੋਜ਼ ਆਪਣੇ ਦਿਲ ਦੀ ਖੋਜ ਕਰਨੀ ਹੈ ਅਤੇ ਜਿਹੜੇ ਗਲਤ ਗੱਲਾਂ ਨੇ ਉਹਨਾਂ ਨੂੰ ਠੀਕ ਕਰ ਦੇਣਾ. ਅਸੀਂ ਪ੍ਰੈਕਟੀਕਲ ਲਾਈਫ ਜੀਂਦੇ ਹਾਂ, ਸਾਡੇ ਕਕਾਰ ਉਹਦੇ ਪ੍ਰਤੀਕ ਨੇ. ਬਿਲਕੁਲ. ਹੁਣ ਵਹਿਮਾਂ ਭਰਮਾਂ 'ਚ ਫੜਿਆ ਸਮਾਜ ਸੀ, ਸਤਿਗੁਰੂ ਨੇ ਸਾਨੂੰ ਇਸ ਗੱਲ ਦਾ ਇੱਕ ਸਰਟੀਫਿਕੇਟ ਦੇ ਦਿੱਤਾ ਵੀ ਸਿੱਖ ਵਹਿਮ ਭਰਮ ਨਹੀਂ ਕਰਦਾ, ਕੜਾ ਦੇ ਦਿੱਤਾ ਸਾਨੂੰ. ਇਹਦੇ ਉੱਤੇ ਸਵਾਲ ਉਠਾਉਣ ਦੀ ਲੋੜ ਕਿਉਂ ਪਈ? ਪਹਿਲੀ ਗੱਲ ਤਾਂ ਇਹ ਹੈ, ਕਿੰਨੀ ਦੁੱਖ ਦੀ ਗੱਲ ਹੈ, ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੇਸਾਂ ਦੀ ਕੀ ਮਹੱਤਤਾ ਸਿੱਖ ਕੌਮ, ਕਕਾਰਾਂ ਦੀ ਕੀ ਮਹੱਤਤਾ ਸਿੱਖ ਕੌਮ ਦੇ ਵਿੱਚ, ਕਿਉਂ ਦਿੱਤੇ ਨੇ, ਇਸ ਕਰਕੇ ਹੀ ਸਵਾਲ ਉਠਾਏ ਜਾ ਰਹੇ ਨੇ. ਇਹਦੀ ਉਹੀ ਮਹੱਤਤਾ ਹੈ ਜਿਹੜੀ ਇੱਕ ਡਾਕਟਰ ਦੇ MBBS ਕਰਨ ਤੋਂ ਬਾਅਦ ਕੋਟ ਦੀ ਅਤੇ ਸਟੈਥੋਸਕੋਪ ਦੀ ਹੈ. ਜਿੰਨਾ ਚਿਰ MBBS ਨਹੀਂ ਕਰ ਲੈਂਦਾ ਉਹਨੂੰ ਅਧਿਕਾਰ ਨਹੀਂ ਮਿਲਦਾ. ਜਦੋਂ ਉਹਨੇ MBBS ਕਰ ਲਈ, ਡਾਕਟਰੀ ਪੜ੍ਹ ਲਈ ਹੈ, ਉਹਨੂੰ ਚਿੱਟਾ ਕੋਟ ਪਾਉਣ ਦਾ ਅਤੇ ਗਲੇ ਵਿੱਚ ਸਟੈਥੋਸਕੋਪ ਲਟਕਾਉਣ ਦਾ ਅਧਿਕਾਰ ਮਿਲ ਗਿਆ. ਉਹਨੂੰ ਵੇਖ ਕੇ ਲੋਕ ਕਹਿੰਦੇ ਡਾਕਟਰ ਸਾਹਿਬ ਹੈ. ਇੱਕ ਵਕੀਲ ਨੇ ਜਿਸ ਵੇਲੇ LLB ਪਾਸ ਕਰ ਲਈ ਹੈ, ਉਹਨੂੰ ਅਧਿਕਾਰ ਮਿਲ ਗਿਆ ਕਿ ਉਹ ਕਾਲਾ ਕੋਟ ਪਾ ਕੇ ਅਦਾਲਤ ਦੇ ਵਿੱਚ ਜਾ ਸਕਦਾ. ਸਾਨੂੰ ਐਵੇਂ ਇੱਕ ਦਿਨ 'ਚ ਨਹੀਂ ਪਾਤਾ, ਸਾਨੂੰ 200 ਸਾਲ ਤਿਆਰ ਕੀਤਾ. ਸਾਨੂੰ 200 ਸਾਲ ਤਿਆਰ ਕਰਾ ਕੇ ਉਹਦੇ ਬਾਅਦ ਸਾਨੂੰ ਇਹ ਅਧਿਕਾਰ ਦਿੱਤਾ, ਇੱਕ ਕਾਰ ਪਾਉਣ ਦਾ, ਇਹ ਸਰੂਪ ਬਣਾਉਣ ਦਾ. 200 ਸਾਲ ਸਾਨੂੰ ਤਿਆਰ ਕੀਤਾ, ਅਸੀਂ ਆਥੋਰਾਈਜ਼ਡ ਹਾਂ. ਜੇ ਜਿਹੜੀ ਉਹ ਗੱਲ ਕਹਿੰਦਾ ਜੀ ਵੀ ਕਕਾਰ ਜਿਹੜੇ ਨੇ ਅੰਗਰੇਜ਼ਾਂ ਨੇ ਲਿਆਂਦੇ, ਕਿਉਂ ਲਿਆਂਦੇ ਜੀ, ਕੀ ਲੋੜ ਪਈ ਸੀ ਉਹਨਾਂ ਨੂੰ? ਔਰ ਇਹ ਕਹਿੰਦਾ ਕਿ 5 ਸ਼ਸਤਰ ਰਿਪਲੇਸ ਕਰਕੇ ਅਤੇ ਜਿਹੜਾ ਜੀ ਇਹ ਕਕਾਰ ਲਿਆਂਦੇ. ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ਾਂ ਨੇ ਸਾਨੂੰ ਵਰਤਿਆ, ਰੱਜ ਕੇ ਵਰਤਿਆ. ਔਰ ਜਸਰੀਤ ਸਿੰਘ ਜੀ, ਬਹੁਤ ਘੱਟ ਦੁਨੀਆ ਨੂੰ ਪਤਾ ਹੋਏਗਾ, ਅੰਗਰੇਜ਼ਾਂ ਨੇ ਜਿਸ ਵੇਲੇ ਪੰਜਾਬ 'ਤੇ ਕਬਜ਼ਾ ਕੀਤਾ, ਪਹਿਲਾਂ ਇਹਨਾਂ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਜਿਹੜਾ ਪਤਿਤ ਕੀਤਾ ਜਾਏ, ਸਿੱਖੀ ਤੋਂ ਡੁਲਾਇਆ ਜਾਏ, ਖਾਸ ਤੌਰ 'ਤੇ ਫੌਜੀਆਂ ਨੂੰ. ਉਹਦੇ ਬਾਅਦ ਉਹਨਾਂ ਨੇ ਜਿਸ ਵੇਲੇ ਸਾਡੇ ਨਾਲ ਵਰਤ ਕੇ ਵੇਖਿਆ, ਉਹਨਾਂ ਨੂੰ ਇੱਕ ਰਿਅਲਾਈਜ਼ੇਸ਼ਨ ਆਈ ਵੀ ਇੱਕ ਤਾਂ ਇਹ ਮੋਸਟ ਫੇਥਫੁਲ ਕੌਮ ਹੈ. ਜੇ ਅੱਜ ਸਾਡੇ ਕੋਲ ਜੌਬ ਕਰ ਰਹੇ ਨੇ ਤਾਂ ਸਾਡੇ ਪੂਰੇ ਵਫ਼ਾਦਾਰ ਨੇ. ਔਰ ਦੂਸਰਾ, ਇਹਨਾਂ ਦਾ ਜਿਹੜਾ ਧਰਮ ਹੈ ਉਹ ਇਹਨਾਂ ਦੀ ਤਾਕਤ ਹੈ, ਸਿੱਖੀ ਇਹਨਾਂ ਦੀ ਤਾਕਤ ਹੈ. ਉਸ ਵੇਲੇ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਅਸੀਂ ਵਰਤਣਾ ਤਾਂ ਚਾਹੁੰਦੇ ਸੀ. ਆ ਵਰਲਡ ਵਾਰ ਜਿਹੜੀ ਉਹਨਾਂ ਨੇ ਸਿੱਖਾਂ ਦੀ ਵੱਡੀ ਤਾਕਤ ਦੇ ਨਾਲ ਜਿੱਤੀ ਹੈ. ਉਹਨਾਂ ਨੇ ਉਹਦੇ ਬਾਅਦ ਇਹ ਡਿਸਿਪਲਨ ਕਰਤਾ ਕਿ ਸਿੱਖ ਜਿਹੜੇ ਨੇ ਉਹ ਪੂਰੇ ਕਕਾਰ ਧਾਰਨ ਕਰਨ, ਕੇਸਾਂ ਦੀ ਬੇਅਦਬੀ ਨਾ ਕਰਨ. ਪਾਹੁਲ ਛਕਾਉਣ ਦੇ ਜਿਹੜੇ ਖਾਸ ਸਮਾਗਮ ਕਰਾਏ ਗਏ, ਉਹਨਾਂ ਨੇ ਬਹੁਤ ਸਾਰੀਆਂ ਕੁਰੀਤੀਆਂ ਵੀ ਸਾਡੀ ਕੌਮ ਦੇ ਵਿੱਚ ਲਿਆਂਦੀਆਂ, ਸਾਡੇ ਗੁਰਦੁਆਰਿਆਂ ਦੇ ਉੱਤੇ ਮੰਤਾਂ ਨੂੰ ਕਾਬਜ਼ ਕਰਾਇਆ. ਉਹ ਅਲੱਗ ਗੱਲਾਂ ਨੇ, ਲੇਕਿਨ ਉਹਨਾਂ ਨੇ ਸਾਨੂੰ ਵਰਤਣ ਲਈ ਇਹ ਸਮਝ ਲਿਆ ਕਿ ਇਹਨਾਂ ਦੀ ਤਾਕਤ ਇਹਨਾਂ ਦੇ ਧਰਮ ਦੇ ਵਿੱਚ ਹੈ, ਇਹਨਾਂ ਦੀ ਵਫ਼ਾਦਾਰੀ ਇਹਨਾਂ ਦੇ ਧਰਮ ਦੇ ਵਿੱਚ ਹੈ. ਇਹਨਾਂ ਨੂੰ ਡੁਲਾਉਣ ਦੀ ਬਜਾਏ
ਇਹਨੂੰ ਸੰਭਾਲ ਕੇ ਅਸੀਂ ਆਪਣੇ ਹਿੱਤ ਵਾਸਤੇ ਵਰਤ ਸਕਦੇ ਹਾਂ। ਇਹ ਵੀ ਉਹਨਾਂ ਨੂੰ ਬਾਅਦ 'ਚ ਸਮਝ ਆਈ, ਪਹਿਲਾਂ ਤਾਂ ਉਹਨਾਂ ਨੇ ਸਾਡੇ ਰਾਜੇ ਨੂੰ ਵੀ ਕਨਵਰਟ ਕੀਤਾ, ਮਹਾਰਾਜਾ ਦਲੀਪ ਸਿੰਘ। ਬਾਅਦ 'ਚ ਸਮਝ ਆਈ, ਮੈਂ ਤਾਂ ਕਹਿ ਰਿਹਾ ਬਿਲਕੁਲ ਕੀ ਨਾ ਹੈ ਹਰਨਾਮ ਸਿੰਘ ਉਹਨਾਂ ਦਾ ਜਿਹੜਾ ਸੀਗੇ ਉਹਨਾਂ ਦੇ ਪਰਿਵਾਰ 'ਚੋਂ ਵੀ ਜਿਹੜੇ ਕਪੂਰਥਲੇ ਦੇ ਰਾਜੇ ਸੀਗੇ ਉਹਨਾਂ ਨੂੰ ਵੀ ਕਨਵਰਟ ਕੀਤਾ, ਅਤੇ ਉਸ ਤੋਂ ਬਾਅਦ ਕਈ ਮਿਸ਼ਨਰੀਆਂ ਨੂੰ ਲਿਆ ਕੇ ਇੱਥੇ ਕਨਵਰਟ ਕੀਤਾ। ਫਿਰ ਇਹਨਾਂ ਨੇ ਸਾਡੇ ਸ਼ਸਤਰ ਅਤੇ ਸਾਡਾ ਜਿਹੜਾ ਕੈਦਾ, ਜਿਹਦੇ ਨਾਲ ਸਾਡੀ ਬਹੁਤ ਸੁਸਾਇਟੀ ਲਿਟਰੇਟ ਸੀ, ਜਿਹਦੇ ਬਾਰੇ ਤੁਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਅਤੇ ਕਹਿੰਦੇ ਆ ਤਲਵਾਰ ਦੇ ਪੈਸੇ ਵੀ ਦਿੰਦੇ ਸੀ ਅਤੇ ਕੈਦੇ ਦੇ ਪੈਸੇ ਵੀ ਦਿੰਦੇ ਸੀ ਜਿਹੜਾ ਦਿੰਦਾ ਸੀ ਉਹਨੂੰ। ਸੋ ਮੇਰਾ ਕਹਿਣ ਦਾ ਮਤਲਬ ਹੈ ਪਹਿਲੇ ਤਾਂ ਉਹਨਾਂ ਨੇ ਸਾਰੀਆਂ ਚੀਜ਼ਾਂ ਦੇਖੀ, ਫਿਰ ਉਹਨਾਂ ਨੂੰ ਜਦੋਂ ਲੱਗਿਆ ਕਿ ਇਹਨਾਂ ਦੀ ਕਮਿਟਮੈਂਟ ਆਪਣੇ ਗੁਰੂ ਪ੍ਰਤੀ, ਇਹਨਾਂ ਦੀ ਜਿਹੜੀ ਫੇਥਫੁਲਨੈਸ ਹੈ ਇਹ ਇੰਨੀ ਪਾਕ ਹੈ, ਅਸੀਂ ਇਹਨਾਂ ਨੂੰ ਇੰਪਾਵਰ ਕਰਕੇ ਆਪਣੇ ਲਈ ਯੂਜ਼ ਕਰੀਏ। ਹੁਣ ਜਿਸ ਵੇਲੇ ਸਾਨੂੰ ਵੱਧ ਤੋਂ ਵੱਧ ਕਾਹਦੇ ਲਈ ਵਰਤਣਾ ਚਾਹੁੰਦੇ ਸੀ? ਫੌਜ ਵਿੱਚ, ਫੌਜ ਵਿੱਚ ਐਜ਼ ਅ ਡਿਫੈਂਸ, ਐਜ਼ ਡਿਫੈਂਸ ਯੂਜ਼ ਕਰਨਾ ਚਾਹੁੰਦੇ ਸੀ ਦੁਨੀਆਂ ਦੇ ਵਿੱਚ, ਆਪਣਾ ਸਿੱਖਾਂ ਨੂੰ ਲਿਜਾ ਕੇ ਉਹਨਾਂ ਨੇ ਜੰਗਾਂ ਲੜੀਆਂ ਔਰ ਜਿੱਤੀਆਂ। ਬਿਲਕੁਲ, ਸਾਡੇ ਕਕਾਰ ਕਿਉਂ ਖਤਮ ਕਰਾਉਣਗੇ? ਜੇ ਉਹ ਗੱਲ ਕਰਦੇ ਨੇ ਕਿ ਪੰਜ ਸ਼ਸਤਰ ਸੀ, ਫਿਰ ਪੰਜ ਸ਼ਸਤਰ ਕਿਉਂ ਖਤਮ ਕਰਾਉਣਗੇ? ਪੰਜ ਸ਼ਸਤਰਾਂ ਦੀ ਬਜਾਏ ਆ ਕਛਹਿਰਾ, ਕੜਾ ਅਤੇ ਕਿਰਪਾਨ ਤਾਂ ਚਲੋ ਸ਼ਸਤਰ ਫਿਰ ਹੋ ਗਿਆ, ਇਹ ਕਾਹਦੇ ਲਈ ਚੇਂਜ ਕਰਾਉਣਗੇ? ਬਿਲਕੁਲ ਠੀਕ ਗੱਲ ਹੈ। ਕੋਈ ਇਤਿਹਾਸ ਵਿੱਚ ਪੰਜ ਕਕਾਰਾਂ ਦਾ ਤਾਂ ਜਗ੍ਹਾ ਜਗ੍ਹਾ ਸਾਨੂੰ ਰੈਫਰੈਂਸ ਮਿਲਦਾ ਹੈ, ਪੰਜ ਸ਼ਸਤਰਾਂ ਦਾ ਤਾਂ ਕਿੱਥੇ ਨਹੀਂ ਮਿਲਦਾ। ਨਹੀਂ, ਪੰਜ ਸ਼ਸਤਰਾਂ ਦਾ ਵੀ ਆਉਂਦਾ। ਓਕੇ, ਪੰਜ ਸ਼ਸਤਰਾਂ ਦਾ ਵੀ ਆਉਂਦਾ, ਲੇਕਿਨ ਉਹ ਇਨ ਐਡੀਸ਼ਨ ਟੂ ਅਵਰ ਕਕਾਰ ਹੈ। ਨਹੀਂ, ਕਕਾਰਾਂ ਦੇ ਫਾਰਮ ਦੇ ਵਿੱਚ ਤੇ ਕਕਾਰਾਂ ਦੇ ਫਾਰਮ ਦੇ ਵਿੱਚ ਨਹੀਂ ਆਉਂਦਾ ਨਾ। ਨਾ ਨਾ, ਬਿਲਕੁਲ ਨਹੀਂ। ਉਹਨੂੰ ਅਸੀਂ ਵਰਤ ਲਈ ਹੈ ਕਿ ਨਹੀਂ ਜੀ, ਉਹ ਪੰਜ ਦੀ ਗੱਲ ਹੋ ਰਹੀ ਹੈ ਅਤੇ ਉਹ ਪੰਜ ਸ਼ਸਤਰਾਂ ਦੀ ਗੱਲ ਹੋ ਰਹੀ ਹੈ ਜੋ ਕਕਾਰਾਂ ਦੀ ਰਿਪਲੇਸਮੈਂਟ ਦੇ ਵਿੱਚ, ਤਾਂ ਸਾਡੀ ਮੂਰਖਤਾ ਹੋਏਗੀ। ਉਹਦੇ ਤੇ ਫਾਰਮ ਦੇ ਤੇ ਕਿੱਥੇ ਵੀ ਨਹੀਂ ਆਉਂਦਾ ਨਾ ਹਿਸਟੋਰੀਕਲੀ। ਪਹਿਲੀ ਗੱਲ ਤਾਂ ਇਹ ਕਿ ਸਾਡੇ ਕਿਸੇ ਵੀ ਗੁਰੂ ਸਾਹਿਬਾਨ ਨੇ ਨਾ ਆਪ ਇਤਿਹਾਸ ਲਿਖਿਆ ਅਤੇ ਨਾ ਲਿਖਾਇਆ। ਕੁਝ ਸਮਕਾਲੀ ਇਤਿਹਾਸਕਾਰਾਂ ਨੇ ਲਿਖਿਆ, ਕੁਝ ਨੇ ਬਾਅਦ ਦੇ ਵਿੱਚ ਲਿਖਿਆ, ਕੁਝ ਸਮਕਾਲੀ ਵੀ ਐਸੇ ਹੋਣਗੇ ਜਿਨ੍ਹਾਂ ਨੇ ਵੇਖਿਆ ਉਦੋਂ ਲਿਖਿਆ ਬਾਅਦ ਦੇ ਵਿੱਚ। ਠੀਕ ਹੈ, ਔਰ ਉਹਦੇ ਵਿੱਚ ਵੀ ਫਰਕ ਪੈ ਜਾਂਦਾ, ਉਦੋਂ ਵੇਖਿਆ ਅਤੇ ਬਾਅਦ ਵਿੱਚ ਲਿਖਿਆ ਉਹਦੇ ਵਿੱਚ ਵੀ ਫਰਕ ਪੈ ਜਾਂਦਾ। ਇਹਦੇ ਵਿੱਚ ਇੱਕ ਬਹੁਤ ਹੀ ਪ੍ਰਮਾਣਿਕ ਚੀਜ਼ ਜਿਹੜੀ ਮੰਨੀ ਜਾਂਦੀ ਹੈ ਨਾ, ਉਹ ਨੇ ਪਟਵਈਆਂ। ਮੈਂ ਪਿਛਲੇ ਸੈਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ ਪਟਵਈਆਂ ਦੀ। ਇਹ ਬਹੁਤ ਹੀ ਇੱਕ ਲਾਜਵਾਬ ਸਿਸਟਮ ਸੀ, ਬ੍ਰਾਹਮਣੀ ਸਿਸਟਮ ਦਾ। ਓਕੇ, ਜਿਹਦੇ ਵਿੱਚ ਤੁਹਾਡੀ ਜਨਰੇਸ਼ਨਸ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਅੱਜ ਉਹ ਕਿਸੇ ਕੋਲੋਂ ਉਹਨਾਂ ਪਤਾ ਕਰਾ ਕੇ ਹੋ ਸਕਦਾ ਲਿਖਿਆ ਹੋਵੇ ਵੀ ਡਾਕਟਰ ਅਰਜਨ ਸਿੰਘ ਦਾ ਬੇਟਾ ਰਜਿੰਦਰ ਸਿੰਘ ਸੀ ਅਤੇ ਰਜਿੰਦਰ ਸਿੰਘ ਦੇ ਗੋਇੰਨੇ ਪੁੱਤਰ ਹੋਏ ਅਤੇ ਉਹਨਾਂ ਦੇ ਗੋਇੰਨੇ ਪੁੱਤਰ ਹੋਏ, ਇਹ ਹੋ ਸਕਦਾ ਲਿਖਿਆ ਹੋਵੇ, ਕਿਉਂਕਿ ਇੱਕ ਦੂਜੇ ਕੋਲੋਂ ਇਨਫੋਰਮੇਸ਼ਨ ਜਿਹੜੀ ਹੈ ਉਹ ਕਲੈਕਟ ਕਰਦੇ ਰਹਿੰਦੇ ਸੀ। ਲੇਕਿਨ ਜੇ ਅੱਜ ਨਹੀਂ ਵੀ, ਕਿਉਂਕਿ ਸਾਡਾ ਸੰਬੰਧ ਟੁੱਟ ਗਿਆ, ਅਤੇ ਪਿਛਲਾ ਜੇ ਮੈਂ ਜਾ ਕੇ ਕਢਾਉਣਾ ਚਾਹਵਾਂ ਤਾਂ ਮੈਨੂੰ ਪਤਾ ਕਿ ਉਹ ਕਈ ਪੁਸ਼ਤਾਂ ਦਾ ਕੱਢ ਦੇਣਗੇ। ਉਹ ਇੱਕ ਬੜਾ ਵਧੀਆ ਸਿਸਟਮ ਸੀ। ਉਹਨਾਂ ਭੱਟਾਂ ਨੇ ਨਾਲ ਨਾਲ ਇਤਿਹਾਸ ਲਿਖਿਆ, ਇਹ ਚੀਜ਼ਾਂ ਹੀ ਨਹੀਂ ਲਿਖੀਆਂ, ਨਾਲ ਨਾਲ ਇਤਿਹਾਸ ਲਿਖਿਆ। ਹੁਣ ਇੱਕ ਪੱਟ ਬਈ ਹੈ ਭਾਦਸੋ ਪਰਗਣਾ ਥਣੇਸਰ, ਉਹਦੇ ਵਿੱਚ ਇੱਕ ਇੰਦਰਾਜ ਮਿਲਦਾ, ਉਹਦੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਿਲ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ 1755 ਮੰਗਲਵਾਰ ਵਿਸਾਖੀ ਕੇ ਦੇਹੋਂ ਪਾਂਚ ਸਿੰਘੋਂ ਕੋ ਕਾਂਡੇ ਕੀ ਪਾਹੁਲ ਦੀ ਸਿੰਘ ਨਾਮ ਰਾਖਾ ਪ੍ਰਥਮੈ ਦਇਆ ਰਾਮ ਸੋਪਤੀ ਖੱਤਰੀ ਵਾਸੀ ਲਾਹੌਰ ਆ ਖਲਾ ਹੁਆ। ਹੁਣ ਮਜ਼ੇਦਾਰ ਗੱਲ ਇਹ ਹੈ ਕਿ ਹੋਰ ਬਹੁਤ ਸਾਰੇ ਰਹਿਤਨਾਮਿਆਂ 'ਚ ਮਿਲੇਗਾ ਤੁਹਾਨੂੰ, ਉੱਥੇ ਦਇਆ ਰਾਮ ਨਹੀਂ ਆਏਗਾ, ਉੱਥੇ ਦਇਆ ਸਿੰਘ ਆਏਗਾ। ਠੀਕ ਹੈ, ਇਹਦਾ ਮਤਲਬ ਬਾਅਦ ਦੇ ਵਿੱਚ ਲਿਖਿਆ ਗਿਆ ਜਿਸ ਵੇਲੇ ਦਇਆ ਸਿੰਘ ਬਣ ਗਏ ਸੀ। ਠੀਕ ਹੈ, ਠੀਕ ਹੈ ਨਾ, ਇਹ ਓਰਿਜਨਲ ਹੈ, ਇਸ ਵੇਲੇ ਦਇਆ ਰਾਮ ਹੀ ਸੀ ਉਹ। ਠੀਕ, ਉਹ ਆ ਕੇ ਖੜਾ ਹੋਇਆ, ਦਇਆ ਰਾਮ ਸੋਮਪਤੀ ਖੱਤਰੀ ਵਾਸੀ ਲਾਹੌਰ ਆ ਖਲਾ ਹੁਆ ਪਾਛੇ ਮੋਹਕਮ ਚੰਦ ਛੀਪਾ ਵਾਸੀ ਦੁਆਰਕਾ ਸਾਹਿਬ ਚੰਦ ਨਾਈ ਵਾਸੀ ਬਿਦਰ ਜ਼ਫਰਾਬਾਦ ਧਰਮਚੰਦ ਜਵੰਦਾ ਜਾਟ ਵਾਸੀ ਹਸਤਨਾਪੁਰ ਹਿੰਮਤ ਚੰਦ ਝੀਵਰ ਵਾਸੀ ਜਗਨਨਾਥ ਬਾਰੋ ਬਾਰੀ ਖਲੇ ਹੋਏ ਸਭ ਕੋ ਨੀਲੰਬਰ ਪਹਿਨਾਇਆ ਵਹੀ ਬੇਸ ਆਪਣਾ ਕੀਆ ਹੁੱਕਾ ਹਲਾਲ ਹਜਾਮਤ ਹਰਾਮ ਟਿੱਕਾ ਜੰਝੂ ਧੋਤੀ ਕਾ ਤਿਆਗ ਕਰਾਇਆ ਮੀਨੇ ਧੀਰ ਮਲੀਏ ਰਾਮ ਰਾਈਏ ਸਿਰ ਗੁੰਮ ਮਸੰਦ ਕੀ ਵਰਤਨ ਬੰਦ ਕੀ ਕੰਘਾ ਕਰਦ ਕੇਸ ਕੀ ਕੇਸਗੀ ਕੜਾ ਕਛਹਿਰਾ ਸਭ ਕੋ ਦੀਆ ਸਭ ਕੇਸ਼ਾ ਧਾਰੀ ਕੀ ਹੈ। ਇਹ ਸਭ ਤੋਂ ਕੰਟੈਂਪਰੇਰੀ ਸੋਰਸ ਹੈ, ਕੰਟੈਂਪਰੇਰੀ ਸੋਰਸ ਹੈ। ਇਹ ਸੰਨ ਦੱਸਣਾ 1700 ਤੁਸੀਂ ਅਜੇ ਦੱਸਿਆ ਸੀ, ਸਾਲ 1755 ਮੰਗਲਵਾਰ ਵਿਸਾਖੀ ਕੇ ਦੇਹੋਂ, ਮਤਲਬ 1705
ਇਹ ਹੋਏਗਾ ਨਾ ਉਹ ਆਪਣਾ ਤੁਹਾਡਾ ਬਿਕਰਮੀ ਅਤੇ ਅੱਜ ਦੇ ਉਹਦੇ ਹਿਸਾਬ ਨਾਲ ਕਿੰਨਾ ਬਣਿਆ 52 ਸਾਲ ਘਟਾ ਲਓ ਉਸ 'ਚੋਂ 1699 1699 ਠੀਕ ਹੈ ਠੀਕ ਹੈ ਠੀਕ ਹੁਣ ਇਹ ਉਸ ਵੇਲੇ ਦਾ ਕੰਟੈਂਪਰੇਰੀ ਸਰੋਤ ਹੈ ਸਰੋਤ ਹੈ ਤੈ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਦੇ 200 ਸਾਲ ਬਾਅਦ ਤੱਕ ਇੱਦਾਂ ਦਾ ਕੋਈ ਸਰੋਤ ਨਹੀਂ ਹੈ ਮਤਲਬ ਸ਼ਰੇਆਮ ਇੱਕ ਵਾਰੀ ਨਾਮ ਮੈਂ ਬਿਬਲੀਓਗ੍ਰਾਫੀ ਦੇ ਵਿੱਚ ਵੀ ਇਹ ਚੀਜ਼ ਪਾ ਦਾਂਗਾ ਲਿੰਕ ਵੀ ਪਾ ਨਾਮ ਵੀ ਪਾ ਦਾਂਗਾ ਪੇਜ ਨੰਬਰ ਵੀ ਪਾ ਦਾਂਗਾ ਪਰ ਮੈਂ ਇੱਕ ਵਾਰੀ ਫਿਰ ਚਾਹੁੰਦਾ ਤੁਸੀਂ ਦੁਬਾਰਾ ਦੱਸ ਦਿਉ ਜਿਹਨਾਂ ਦਾ ਤੁਸੀਂ ਕੋਟ ਕੀਤਾ ਤਾਂ ਕਿ ਇਹਨਾਂ ਦੇ ਖਾਨੇ ਪੈ ਜਾਏ ਪੱਟ ਵਹੀ ਪਾਤਸ਼ਾਹ ਪਰਗਣਾ ਥਾਣੇਸਰ ਵਿੱਚ ਇੱਕ ਅੰਦਰਾਜ਼ ਮਿਲਦਾ ਹੈ ਜੋ ਇੰਝ ਹੈ ਗੁਰੂ ਗੋਬਿੰਦ ਸਿੰਘ ਮਹਿਲ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ 1755 ਮੰਗਲਵਾਰ ਵਿਸਾਖੀ ਕੇ ਦੇਹੋਂ ਪਾਂਚ ਸਿੰਘੋਂ ਸਿੱਖੋਂ ਕੋ ਕਾਂਡੇ ਕੀ ਪਾਹੁਲ ਕੀ ਸਿੰਘ ਨਾਮ ਰਖਾ ਪ੍ਰਥਮੈ ਦਇਆ ਰਾਮ ਸੋਪਤੀ ਖੱਤਰੀ ਬਾਸੀ ਲਾਹੌਰ ਆ ਖਲਾ ਹੁਆ ਪਾਛੈ ਮੋਹਕਮ ਚੰਦ ਛੀਪਾ ਬਾਸੀ ਦੁਆਰਕਾ ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫਰਾਬਾਦ ਧਰਮਚੰਦ ਜਵੰਦਾ ਜਾਟ ਬਾਸੀ ਹਸਤਨਾਪੁਰ ਉਸ ਵੇਲੇ ਤੱਕ ਸਾਰੀ ਜਾਤ ਪਾਤ ਦਾ ਸਿਸਟਮ ਚੱਲਦਾ ਸੀ ਸਾਰੀਆਂ ਕੁੱਲਾਂ ਲਿਖੀਆਂ ਜਾਂਦੀਆਂ ਸੀ ਇਹਨਾਂ ਨੇ ਸਾਰੀਆਂ ਕੁੱਲਾਂ ਨਾਲ ਲਿਖੀਆਂ ਬਿਲਕੁਲ ਬਿਲਕੁਲ ਸਾਰੀਆਂ ਕੁੱਲਾਂ ਜਿਹੜੀਆਂ ਨਾਲ ਲਿਖੀਆਂ ਇਹ ਵੀ ਦੱਸੇ ਕਿ ਕਿਹੜਾ ਕਿਹੜਾ ਬੰਦਾ ਕਿਹੜੀ ਕਿਹੜੀ ਬਰਾਦਰੀ ਤੋਂ ਆਇਆ ਸੀ ਅਤੇ ਕਿਹੜੇ ਕਿਹੜੀ ਜਗ੍ਹਾ ਤੋਂ ਆਇਆ ਹਾਂਜੀ ਐਗਜੈਕਟਲੀ ਸਾਰਾ ਉਹ ਡਿਟੇਲ ਹੈ ਡਿਸਟ੍ਰਿਕਟ ਸਮੇਤ ਸਭ ਕੋ ਡੀ ਨੰਬਰ ਪੈਨ ਆਇਆ ਵਹੀ ਬੇਸ ਆਪਣਾ ਕੀ ਆ ਹੁੱਕਾ ਹਾਲ ਹਜਾਮਤ ਹਰਾਮ ਟਿੱਕਾ ਜੰਝੂ ਧੋਤੀ ਕਾ ਤਿਆਗ ਕਰਾਇਆ ਮੀਨੇ ਧੀਰ ਮਲੀਏ ਰਾਮ ਰਾਈਏ ਸਿਰ ਗੁੰਮ ਮਸੰਦਾਂ ਕੀ ਵਰਤਣ ਬੰਦ ਕੀ ਕੰਘਾ ਕਰਦ ਇੱਥੇ ਕਿਰਪਾਨ ਦੀ ਬਜਾਏ ਕਰਦ ਲਫ਼ ਲਿਖਿਆ ਹੋਇਆ ਕਕਾ ਕਕਾਰ ਹੀ ਹੈ ਫਿਰ ਠੀਕ ਕੇਸਗੀ ਕੜਾ ਕਛਹਿਰਾ ਸਭ ਕੋ ਦੀਆ ਸਭ ਕੇਸ਼ਾ ਧਾਰੀ ਕੀ ਹੈ ਜਿਹੜਾ ਵਰਜਿਤ ਚੀਜ਼ਾਂ ਕੀਤੀਆਂ ਸੀ ਉਹ ਵੀ ਸਿੰਪਲ ਲਫ਼ਜ਼ਾਂ 'ਚ ਸਾਡੇ ਵਿਊਰਾਂ ਨੂੰ ਦੱਸ ਦਿਉ ਸ਼ਾਇਦ ਉਹਨਾਂ ਨੂੰ ਨਾ ਸਮਝ ਆਵੇ ਜਿਹੜੀ ਵਰਜਿਤ ਚੀਜ਼ਾਂ ਦੱਸੀਆਂ ਸੀ ਕੀ ਕੀ ਚੀਜ਼ਾਂ ਨਹੀਂ ਕਰਨੀਆਂ ਵਰਤਨ ਜਿਹੜਾ ਮਨ੍ਹਾ ਕੀਤਾ ਮੀਨਿਆਂ ਨਾਲ ਕੀਤਾ ਧੀਰ ਮਲੀਆਂ ਨਾਲ ਕੀਤਾ ਰਾਮ ਰਾਈਆਂ ਨਾਲ ਕੀਤਾ ਸਿਰ ਗੁੰਮ ਜਿਹੜਾ ਸਿੱਖ ਦਾ ਪੁੱਤਰ ਹੋ ਕੇ ਵਾਲ ਕਟਾ ਲਵੇ ਅੱਛਾ ਸਿਰ ਗੁੰਮ ਠੀਕ ਹੈ ਮਸੰਦ ਜਿਹੜੇ ਉਸ ਵੇਲੇ ਧਰਮ ਦੇ ਬਣਾਏ ਹੋਏ ਸਨ ਠੇਕੇਦਾਰ ਸਤਿਗੁਰੂ ਨੇ ਉਹਨਾਂ ਨੂੰ ਕਦਮ ਕੀਤਾ ਉਹਨਾਂ ਨਾਲ ਵਰਤਣਾ ਮਨ੍ਹਾ ਕੀਤਾ ਹਰਾਮ ਅਤੇ ਹਰਾਮ ਕੀਤਾ ਹੁੱਕਾ ਹਲਾਲ ਹਜਾਮਤ ਹਰਾਮ ਹਜਾਮਤ ਮਤਲਬ ਸਿਰ ਮੂੰਹ ਮਨਾਉਣਾ ਹਜਾਮਤ ਅਗਲਾ ਇਸ ਤੋਂ ਅਗਲਾ ਹਲਾਲ ਹਲਾਲ ਮਾਸ ਹਲਾਲ ਜਿਹੜਾ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਰ ਹੁੱਕਾ ਹੁੱਕਾ ਅਤੇ ਹੋਰ ਟਿੱਕਾ ਜੰਝੂ ਧੋਤੀ ਕਾ ਤਿਆਗ ਕਰਾਇਆ ਟਿੱਕਾ ਜੰਝੂ ਧੋਤੀ ਜੰਝੂ ਮਤਲਬ ਜਨਹੂ ਹਾਂ ਧੋਤੀ ਧੋਤੀ ਦਾ ਤਿਆਗ ਕਰਾਇਆ ਹੁਣ ਇੱਕ ਦੇਖੋ ਖਾਲਸਾ ਜੀ ਕਿੱਥੇ ਇਹਨਾਂ ਨੂੰ ਇਹ ਚੀਜ਼ਾਂ ਜਾਣ ਬੁੱਝ ਕੇ ਤਾਂ ਤਾਂ ਨਹੀਂ ਇਹ ਬ੍ਰਾਹਮਣੀ ਸੋਚ ਕਰ ਰਹੀ ਕਿਉਂਕਿ ਦੇਖੋ ਇਹ ਪੰਜ ਪਿਆਰੇ ਜਿਹੜੇ ਹੈਗੇ ਆ ਇਹ ਸਾਰੀਆਂ ਬਰਾਦਰੀਆਂ ਤੋਂ ਇੱਕੋ ਜਗ੍ਹਾ ਆ ਕੇ ਗੁਰੂ ਸਾਹਿਬ ਨੇ ਅੰਮ੍ਰਿਤ ਸਾਰੀ ਜਾਤ ਪਿਛਲਾ ਧਰਮ ਪਿਛਲਾ ਕਰਮ ਪਿਛਲੀ ਧਰਮ ਖਤਮ ਕਰਤੀ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਬਿਠਾ ਦਿੱਤਾ ਅੰਮ੍ਰਿਤ ਛਕਾ ਦਿੱਤਾ ਜਾਤ ਪਾਤ ਖਤਮ ਹੋ ਗਈ ਫਿਰ ਧੋਤੀ ਟਿੱਕਾ ਜੰਝੂ ਤੋਂ ਹਟਾ ਦਿੱਤਾ ਅਤੇ ਇਹਨਾਂ ਨੂੰ ਕਿਤੇ ਹੈ ਕਿ ਯਾਰ ਸਿੱਖਾਂ ਨੂੰ ਤਾਂ ਅਸੀਂ ਆਪਣੇ 'ਚ ਜਜ਼ਬ ਕਰ ਨਹੀਂ ਪਾਵਾਂਗੇ ਅਤੇ ਇਸ ਲਈ ਇਹਨਾਂ ਦਾ ਜਿਹੜਾ ਸਿਧਾਂਤ ਹੈ ਇਸ ਦੇ ਉੱਤੇ ਅਸੀਂ ਝੂਠੀ ਹਿਸਟਰੀ ਕ੍ਰੀਏਟ ਕਰਦੇ ਸ਼ੁਰੂ ਹੈ ਹੀ ਹੈ ਇਹਦੇ ਵਿੱਚ ਸ਼ੱਕ ਹੀ ਕੋਈ ਨਹੀਂ ਨਾ ਪ੍ਰੋਬਲਮ ਇਹ ਹੀ ਚੀਜ਼ ਹੈ ਨਾ ਪ੍ਰੋਬਲਮ ਹੀ ਹੈ ਐਸੀ ਚੀਜ਼ ਤੋਂ ਉਹਨਾਂ ਨੂੰ ਤਕਲੀਫ ਹੈ ਬਿਲਕੁਲ ਕਿਉਂਕਿ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਟੁੱਟ ਜਾਏ ਉਹਦੀ ਹੋਂਦ ਖਤਮ ਹੋ ਜਾਏਗੀ ਸਾਡੇ 'ਚ ਜਜ਼ਬ ਹੋ ਜਾਣਗੇ ਉਹ ਜਿਵੇਂ ਜੈਨੀਆਂ ਨੂੰ ਖਤਮ ਕੀਤਾ ਉਹਨਾਂ ਨੇ ਹੁਣ ਜੈਨੀ ਸਿਰਫ 40-50 ਲੱਖ ਰਹਿ ਗਏ ਉਹ ਵੀ ਕਾਹਦਾ ਰਹਿ ਗਿਆ ਜੀ ਨਾ ਹੀ ਹੈ ਜੈਨ ਸਾਹਿਬ ਜਿਸਲੇ ਕਰਮ ਸਾਰੇ ਬ੍ਰਾਹਮਣੀ ਕਰਮ ਕਰ ਰਹੇ ਹੈ ਹਾਂਜੀ ਉਸ ਸਿਸਟਮ ਦੇ ਵਿੱਚ ਤਾਂ ਅਬਜ਼ਰਬ ਹੋ ਚੁੱਕੇ ਆ ਬੋਧੀ ਰਹਿ ਗਏ ਥੋੜ੍ਹੇ ਕਿਉਂਕਿ ਉਹ ਬਾਹਰ ਧਰਮ 'ਚ ਫੈਲ ਗਿਆ ਨਹੀਂ ਇੱਥੇ ਇੱਕ ਬੜਾ ਵੱਡਾ ਫਰਕ ਹੈ ਨਹੀਂ ਜਿਹੜੇ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਪ੍ਰੋਫੈਸਰ ਜਗਵੀਰ ਸਿੰਘ ਪ੍ਰੋਫੈਸਰ ਜਗਵੀਰ ਸਿੰਘ ਉਹਨਾਂ ਨੇ ਕਿਹਾ ਜੀ ਕਿ ਹਿੰਦੂ ਸਿੱਖ ਜੈਨੀ ਅਤੇ ਬੋਧੀ ਇਹ ਸਨਾਤਨੀ ਧਰਮ ਨੇ ਉਹਨਾਂ ਨੇ ਕਿਹਾ ਸ਼ਾਇਦ ਉਹ ਇਹ ਭੁੱਲ ਗਏ ਕਿ ਹਿੰਦੁਸਤਾਨ ਨਾਲੋਂ ਕਿਤੇ ਜ਼ਿਆਦਾ ਬੋਧੀ ਜਿਹੜੇ ਨੇ ਬਾਹਰ ਵਿਦੇਸ਼ਾਂ 'ਚ ਰਹਿੰਦੇ ਨੇ ਆਹ ਤੁਹਾਡੇ ਗੁਆਂਢੀ ਮੁਲਕ ਚਾਈਨਾ ਦੇ ਵਿੱਚ ਜਾਂ ਉਹ ਅਥੀਸਟ ਨੇ ਜਿਹੜੇ ਮੰਨਦੇ ਹੀ ਨਹੀਂ ਧਰਮ ਨੂੰ ਅਤੇ ਜਾਂ ਮੈਕਸੀਮਮ ਨੰਬਰ ਜਿਹੜਾ ਬੋਧੀਆਂ ਦਾ ਕੰਬੋਡੀਆ ਦੇ ਵਿੱਚ ਥਾਈਲੈਂਡ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਉਹਨਾਂ ਦੀ ਬਹੁਤ ਗਿਣਤੀ ਹੈ ਉਹ ਇਹਨਾਂ ਦਾ ਵਜ੍ਹਾ ਇਹ ਹੁੰਦੀ ਹੈ ਕਿ ਜਿਹੜੇ ਬੁੱਧ ਸੀਗੇ ਉਹਨਾਂ ਦਾ ਜਨਮ ਨੇਪਾਲ ਹੋਇਆ ਅਤੇ ਉਹਨਾਂ ਨੂੰ ਜਿਹੜਾ ਧਰਮ ਦੀ ਉਹ ਮਿਲੀ ਉਹ ਬਿਹਾਰ ਦੇ ਵਿੱਚ ਹੋਈ
ਸੋ ਤਾਂ ਕਰਕੇ ਉਹ ਕਹਿੰਦੇ ਨੇ ਸਾਡੀ ਫਰੈਂਚਾਈਜ਼ੀ ਹੈਗੀ ਬੋਧੇ ਦੇ ਉੱਤੇ, ਉਹ ਤਾਂ ਫਰੈਂਚਾਈਜ਼ੀ ਠੋਕਦੇ ਆ ਕਿਉਂਕਿ ਉਹਨਾਂ ਕੋਲ ਆਪਣੇ ਪੱਲੇ 'ਤੇ ਕੁਛ ਹੋਏ ਨਾ, ਫਿਰ ਉਹ ਦੂਜਾ ਦਾ ਸਮਾਨ ਚੱਕਦਾ। ਹੁਣ ਕੋਇਰ ਸਿੰਘ ਦੀ ਲਿਖੀ ਹੋਈ ਹੈ ਗੁਰਬਲਾਸ ਪਾਤਸ਼ਾਹ ਜੀ ਦਸਵੀਂ, ਇਹਦੇ ਵਿੱਚ ਕੋਇਰ ਸਿੰਘ ਲਿਖਦੇ ਨੇ ਅੱਛਾ, ਔਰ ਇਹ ਕੋਇਰ ਸਿੰਘ ਦੀ ਲਿਖੀ ਹੋਈ ਹੈ 1751 ਦੀ, 1751 ਵਿਕਰਮੀ ਆ ਨਹੀਂ ਈਸਵੀ, ਈਸਵੀ 1751 ਈਸਵੀ ਦੀ, ਠੀਕ ਹੈ। 1708 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ਰੀਰ ਕਰਕੇ ਗਏ ਨੇ, 1751 ਦੀ ਲਿਖੀ ਹੋਈ, ਮਤਲਬ 43 ਸਾਲ ਬਾਅਦ ਗੁਰੂ ਸਾਹਿਬ ਦੇ ਹੈਗਾ ਇਹ ਸਰੋਤ, ਜਿਹੜੇ ਕਹਿੰਦੇ ਕਿ 200 ਸਾਲ ਤੱਕ ਨਹੀਂ ਹੋਏ। ਸੁਣੋ ਹੁਣ, ਹਾਂਜੀ ਵੀ ਉਹਦੇ ਵਿੱਚ ਨੌਵਾਂ ਅਧਿਆਇ ਹੈ, ਉਹਦਾ ਹੈਡਿੰਗ ਹੈ ਖਾਲਸਾ ਪੰਥ ਦੀ ਰਚਨਾ, ਠੀਕ ਹੈ। ਇਸ ਕਿਤਾਬ ਦਾ ਪੰਨਾ 111, ਠੀਕ ਹੈ, ਪੰਨਾ ਨੰਬਰ ਵੀ ਨੋਟ ਕਰ ਲਓ। ਉੱਥੇ ਉਹ ਕਹਿੰਦੇ ਨੇ ਦੋਹਰਾ ਸ਼ਸਤਰ ਮੇਲ ਗੁਰ ਸ਼ਬਦ ਸੋ ਕੱਛ ਕੇਸਣ ਸਦ ਪ੍ਰੇਮ ਕਰਦ ਰਾਖਣੀ ਪੰਚ ਏ ਤਜੇ ਨਾ ਕਬ ਹੀ ਨੇਮ। ਹੁਣ ਇੱਥੇ ਕੱਛ ਦੀ ਗੱਲ ਵੀ ਆ ਗਈ ਹੈ, ਕੇਸਾਂ ਦੀ ਗੱਲ ਵੀ ਆ ਗਈ ਹੈ, ਕਰਦ ਦੀ ਗੱਲ ਵੀ ਆ ਗਈ ਹੈ, ਲੇਕਿਨ ਕੰਘੇ ਦੀ ਗੱਲ ਨਹੀਂ ਆਈ, ਠੀਕ ਹੈ। ਕਰ ਕਿਰਪਾਨ ਦੀ ਜਗ੍ਹਾ ਦੇ ਉੱਤੇ ਕਰਦ ਆ ਗਈ ਹੈ, ਠੀਕ ਹੈ, ਅਤੇ ਕੜੇ ਦੀ ਗੱਲ ਨਹੀਂ ਆਈ, ਲੇਕਿਨ ਨਾਲ ਆ ਗਿਆ ਕਰਦ ਰਾਖਣੀ ਪੰਚ ਏ, ਇਹ ਪੰਜ ਕਕਾਰ ਰੱਖ ਰਹੇ ਨੇ ਜਿਹਨਾਂ ਵਿੱਚੋਂ ਤਿੰਨਾਂ ਦਾ ਉੱਥੇ ਨਾਂ ਆ ਗਿਆ, ਲੇਕਿਨ ਨਾਲ ਇਹ ਕਲੀਅਰ ਕਰਤਾ ਕਿ ਪੰਜ ਕਕਾਰ ਰੱਖ ਰਹੇ ਨੇ। 1751 ਦਾ ਸਰੋਤ ਹੈ। ਨੈਕਸਟ ਫਿਰ ਭਾਈ ਪ੍ਰਹਲਾਦ ਸਿੰਘ ਦਾ ਰਹਿਤਨਾਮਾ, ਠੀਕ ਹੈ। ਭਾਈ ਪ੍ਰਹਲਾਦ ਸਿੰਘ ਲਿਖਦੇ ਨੇ ਚੌਪਈ ਕੱਛ ਕੇਸ ਕੰਘਾ ਕਿਰਪਾਨੋ ਕੜਾ ਔਰ ਜੋ ਘਰੇ ਬਖਾਨੋ ਇਹ ਕੱਕੇ ਪੰਜ ਤੁਮ ਮਾਨੋ ਗੁਰੂ ਗ੍ਰੰਥ ਕੋ ਤੁਮ ਸਭ ਜਾਣੋ। ਇਹ 39ਵਾਂ ਬੰਦ ਹੈ ਉਹਨਾਂ ਦੇ ਰਹਿਤਨਾਮੇ ਦਾ। ਸਨ ਭਾਈ ਪ੍ਰਹਲਾਦ ਸਿੰਘ ਦੇ ਬਾਰੇ ਮੈਨੂੰ ਸ਼ੋਰ ਨਹੀਂ, ਮੈਂ ਸੋਰੀ ਮੈਂ ਗਲਤ ਨਹੀਂ ਇਨਫੋਰਮੇਸ਼ਨ ਦੇਣਾ ਚਾਹੁੰਦਾ, ਲੇਕਿਨ ਪੁਰਾਤਨ ਦੇ ਵਿੱਚੋਂ ਹੈ, ਠੀਕ ਹੈ, ਮਤਲਬ 18th ਸੈਂਚਰੀ ਤੋਂ ਦੇ ਅੰਦਰ ਅੰਦਰ ਹੀ ਹੈ। ਉਹਦੇ ਬਾਅਦ ਉਹ ਅਖੀਰ ਦੇ ਉੱਤੇ ਕੰਪਲੀਟ ਕਰਦੇ ਨੇ ਜਿੱਥੇ ਲਿਖਦੇ ਗੁਰਮੁਖ ਸਿੰਘ ਆਗਿਆ ਮੋਹਿਦੀਨੀ, ਮੇਰੇ ਉਸਤਾਦ ਨੇ ਗੁਰਮੁਖ ਸਿੰਘ ਨੇ ਮੈਨੂੰ ਹੁਕਮ ਕੀਤਾ ਰਹਿਤਨਾਮਾ ਤੁਮ ਲਿਖੋ ਨਵੀਨੀ, ਤੂੰ ਨਵਾਂ ਰਹਿਤਨਾਮਾ ਲਿਖ। ਇਤੀ ਸ੍ਰੀ ਰਹਿਤਨਾਮਾ ਸ੍ਰੀ ਗੁਰੂ ਕਲਗੀਧਰ ਗੋਬਿੰਦ ਸਿੰਘ ਜੀ ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਪ੍ਰਹਲਾਦ ਸਿੰਘ ਪ੍ਰਤੀ, ਭਾਈ ਪ੍ਰਹਲਾਦ ਸਿੰਘ ਨੂੰ ਉਹਨਾਂ ਨੇ ਇਹ ਹੁਕਮ ਜਿਹੜਾ ਰਹਿਤਨਾਮਾ ਜਿਹੜਾ ਇਹ ਦ੍ਰਿੜ ਕਰਾਇਆ। ਕਿਹਨਾਂ ਨੇ? ਗੁਰੂ ਗੋਬਿੰਦ ਸਿੰਘ ਜੀ ਨੇ। ਮਤਲਬ ਫਿਰ ਬਿਲਕੁਲ ਸਮਕਾਲੀ ਦਾ ਟਾਈਮ ਦਾ ਹੀ ਹੋ ਗਿਆ ਨਾ, ਭਾਈ ਪ੍ਰਹਲਾਦ ਸਿੰਘ ਦਾ ਮਤਲਬ ਸਮਕਾਲੀ ਨੇ ਜਿਹਨਾਂ ਨੂੰ ਉਹਨਾਂ ਨੇ, ਮਤਲਬ 1708-09 ਦੀ ਹੀ ਗੱਲ ਹੈ, ਉਸ ਉਹਦੇ ਲਾਗੇ ਤਾਗੇ ਦੀ ਗੱਲ ਹੈ, ਡੇਟ ਹੁਣ ਆਪਾਂ ਉਹਦਾ ਬਟ ਹੈ ਉਹਦੇ ਅੰਦਰੋਂ ਹਿਸਟਰੀ ਕਲੀਅਰ ਹੋ ਜਾਂਦੀ ਹੈ ਕਿ ਕੰਟੈਂਪਰੇਰੀ ਸੀਗਾ, ਠੀਕ ਹੈ। ਹੁਣ ਫਿਰ ਇੱਕ ਰਹਿਤਨਾਮਾ ਦਾ ਭਾਈ ਦਇਆ ਸਿੰਘ, ਉਹਦੇ ਵਿੱਚ ਭਾਈ ਦਇਆ ਸਿੰਘ ਨੇ ਕੱਛ ਬਿਨਾਂ ਨਾ ਰਹੇ ਕਰਦ ਕੜਾ ਛਾਪ ਰੱਖੇ ਜੋ ਸਿੱਖ ਰਹਿਤ ਰਹੇ ਤੋ ਉਹ ਪ੍ਰਾਣਾਂਤ ਦੁਖੀ ਹੋਏ। ਕੱਛ ਬਿਨਾਂ ਨਾ ਰਹੇ ਕਰਦ ਕੜਾ ਛਾਪ ਰੱਖੇ, ਇੱਥੇ ਕੱਛ ਦੀ ਗੱਲ ਆ ਗਈ ਹੈ, ਕਰਦ ਦੀ ਕਿਰਪਾਨ ਦੀ ਗੱਲ ਆ ਗਈ ਹੈ, ਕੜੇ ਦੀ ਗੱਲ ਆ ਗਈ ਹੈ। ਅਤੇ ਇਹ ਕਿਹੜੇ ਸੰਨ ਦੀ ਗੱਲ ਹੈ? ਇਹ ਭਾਈ ਦਇਆ ਸਿੰਘ ਦਾ ਨਾਂ 'ਤੇ ਹੈ, ਭਾਈ ਦਇਆ ਸਿੰਘ ਅਤੇ ਪੰਜ ਪਿਆਰੇ ਆ, ਜਿਹੜੇ ਪੰਜ ਪਿਆਰੇ ਬਿਲਕੁਲ ਕੰਟੈਂਪਰੇਰੀ ਹੋ ਗਿਆ, ਜਿਨ੍ਹਾਂ ਨੇ ਖੁਦ ਪੌਲ ਸ਼ੱਕੀ ਸੀ ਸਭ ਤੋਂ ਪਹਿਲੇ ਪੰਜ ਪਿਆਰੇ ਜਿਹੜੇ ਦਇਆ ਰਾਮ ਸੀਗੇ ਅਤੇ ਦਇਆ ਸਿੰਘ ਬਣੇ ਸੀਗੇ, ਅਤੇ ਇਹ ਲਾਹੌਰ ਤੋਂ ਆਏ ਸੀਗੇ। ਸੋ ਇੱਕ ਰਹਿਤਨਾਮਾ ਆਉਂਦਾ ਬਾਬਾ ਸੁਮੇਰ ਸਿੰਘ ਦਾ, ਠੀਕ ਹੈ, ਬਾਬਾ ਬਾਬਾ ਸੁਮੇਰ ਸਿੰਘ, ਵੈਸੇ ਬਾਬਾ ਸੁਮੇਰ ਸਿੰਘ ਵੀ ਕਹਿ ਦਿੰਦੇ ਨੇ ਉਹਨੂੰ। ਓਕੇ, ਉਹ ਐਕਚੁਲੀ ਪਟਨਾ ਸਾਹਿਬ ਗੁਰਦੁਆਰੇ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜਾ ਪ੍ਰਕਾਸ਼ ਸਥਾਨ ਹੈ, ਹਾਂਜੀ, ਉੱਥੇ ਪੁਜਾਰੀ ਰਿਹਾ ਬਹੁਤ ਲੰਬਾ ਸਮਾਂ। ਅੱਛਾ, ਉਹਨੇ ਪੁਰਾਤਨ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਇਤਿਹਾਸ ਜਿਹੜਾ ਬੜੇ ਸਟੱਡੀ ਕੀਤਾ। ਓਕੇ, ਕੰਟੈਂਪਰੇਰੀ ਨਹੀਂ ਹੈ, ਪੁਰਾਤਨ ਪੁਰਾਤਨ ਨਹੀਂ ਹੈ, ਲੇਕਿਨ ਉਹਨੇ ਪੁਰਾਤਨ ਬਹੁਤ ਸਟੱਡੀ ਕੀਤਾ। ਓਕੇ, ਉੱਥੇ ਦਾ ਗ੍ਰੰਥੀ ਹੋਣ ਦੀ ਵਜ੍ਹਾ ਕਰਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਸਥਾਨ ਦਾ ਗ੍ਰੰਥੀ ਹੋਣ ਦੀ ਵਜ੍ਹਾ ਕਰਕੇ, ਸੇਵਾਦਾਰ ਹੋਣ ਕਰਕੇ, ਔਰ ਉਹਨੂੰ ਨਾਂ ਬਾਬਾ ਸੁਮੇਰ ਸਿੰਘ ਸੀ ਲੇਕਿਨ ਬਾਬਾ ਜੀ ਕਰਕੇ ਬੁਲਾਉਂਦਾ ਸੀ, ਬਾਬਾ ਸੁਮੇਰ ਸਿੰਘ ਬਹੁਤ ਜਗ੍ਹਾ 'ਤੇ ਲਿਖਿਆ ਮਿਲਦਾ, ਠੀਕ ਹੈ। ਉਹ ਲਿਖਦਾ ਕੱਛ ਕੇਸ ਕਿਰਪਾਨ ਪ੍ਰਿਅ ਕੰਘਾ ਕੜਾ ਸਦੀਪ ਜੋ ਧਾਰਤ ਟਾਰਤ ਨਹੀਂ ਸੋਈ ਖਾਲਸਾ ਸਦੀਪ, ਠੀਕ। ਹੁਣ ਇਹਦੇ ਰਹਿਤਨਾਮੇ ਦੇ 46 ਬੰਦ ਨੇ, ਠੀਕ ਹੈ, 46 ਬੰਦਾਂ ਦੇ ਵਿੱਚੋਂ ਇਹ 5ਵਾਂ ਬੰਦ ਹੈ, ਔਰ ਇਹਦੇ ਵਿੱਚ ਸਾਰੇ ਕਕਾਰਾਂ ਦਾ ਬੜਾ ਸਪਸ਼ਟ ਰੈਫਰੈਂਸ ਆ ਗਿਆ, ਕੱਛ ਕੇਸ ਕਿਰਪਾਨ ਪ੍ਰਿਅ ਕੰਘਾ ਕੜਾ ਸਦੀਪ, 5ਾਂ ਦਾ ਨਾਂ ਆ ਗਿਆ। ਹੁਣ ਇੱਥੇ ਕਹਿਣਗੇ ਜੀ ਇਹ ਤਾਂ ਹੁਣ ਦੇ ਛੱਪੇ ਹੋਏ ਨੇ ਜੀ, ਉਹ ਤਾਂ ਬਹੁਤ ਦੇਰ ਬਾਅਦ ਹੋਇਆ ਜੀ, ਲੇਕਿਨ ਜਿਹੜਾ ਬੰਦਾ ਉਸੇ ਕੰਮ ਦੇ ਵਿੱਚ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਸਥਾਨ ਦਾ ਪੁਜਾਰੀ ਹੈ,
और खोजी है, उसकी खोज नू अपा हल्के च नहीं ले सकते। चलो बाकी का की कहोगे, बाकी तो आप कंटेम्परेरी से दसते हैं। अच्छा फिर एक होर है बड़ी मजेदार गल, रियातनामे बहुत लिखे गए ने। एक विद्वान मैनू उन्हों का रेफरेंस ना भुल गया, मैं किताब पढ़ी सी पर मैं अपने को नोट किया होया सी, उन्होंने 40 रियातनामिया का सार कढ़िया, वो हैगा मेरे को सारा। ठीक है, उन्होंने 40 रियातनामिया के सार दे विच सत्तवें नंबर के उत्ते लिखते ने, वाहिगुरु जी का खालसा कच्छ किरपान आदिक पंज कक्कियां दी रहत करे, जो नेक चलनी है सूर वीरता प्राप्त होंदी है। पंज कक्कियां दी इत्थे वी पंज कक्कियां दी गल होंदी, उन्होंने दो दा नाम लिखिया कच्छ किरपान आदिक नाल लिखता आदिक ते नाल लिखते ते पंज कक्कियां दी रहत रखे। अच्छा एक शेर है बड़ा मशहूर है, परशियन दे विच है, फारसी दे विच है। ओके, किहदा लिखिया होया मैनूं नहीं पता। कई लोग कहते हैं कि दसम ग्रंथ के लिखा हुआ, ये झूठ है, नहीं है। ठीक है, क्योंकि मैं स्टूडेंट हाँ, वह मैं पढ़िया सारा, वो कित नहीं है। कितों आया? हाँ जी, है बड़ा कमाल का। हाँ जी, निशाने सिखी ई पंज हरफ काफ, हरगिज न बाशद ई पंज मुआफ, कड़ा कर दो कच्छ कंगा बिदा, बिना केस हेच अस्तल जुमल निशान। निशाने सिखी ई पंज हरफ कफाफ, काफ मतलब सिखी दी निशानी जिहड़ी है पंज कक्के ने। ठीक है, निशाने सिखी ई पंज हरफ, पंज अखर, हरफ अखर, काफ कक्का, काफ उर्दू दा लफज है, फारसी दे विच वी ओह वरत्या जांदा काफ गाफ ऐन गैन, इस तरह चलता वह क दे वास्ते जिहड़ा काफ वरत्या जांदा। फिर अगों डिटेल देती उहदी। अच्छा पहला वह कहिंदा हरगिज ना बाशद ही पंज मुआफ, इन्हां नूं माफ़ नहीं किया जा सकता, जरूरी ने, ये कंपलसरी ने, हरगिज़ ना बाशद बिल्कुल इन्हें छड्डिया नहीं जा सकता, ये माफ़ नहीं किया जा सकता, रखने जरूरी ने। किहड़े? कड़ा कर दो कंग कच्छा बिदां, कड़ा किरपान कंगा, फिर बिना केस हेचत अस जुमल निशान, ते जे केस नहीं रखे हुए तो तुसीं किसे काम दे ही नहीं, नाल केस रखने ने। हुण ये बारे हूँ कोई कह लवे कि जी ये किहड़े समय का लिखा होया, कि लिखा होया, लेकिन प्राचीन है, बहुत प्राचीन है। मैं ये तो नहीं कह सकता कदों का आता पाया, पर मेरी उम्र 78 साल की है, मैनू ज़्यादा नहीं, 50-60 साल ये पढ़द सुनद हो गए हैं, और पहला यही सुनते रहे हैं कि दसम ग्रंथ के विचों है, लेकिन जो आप पढ़िया तो मैं वेख्या वो नहीं है कि। ठीक ठीक ठीक। हूँ एक ज्ञानी ज्ञान सिंह जी की लिखी हुई है तबरीख गुरु खालसा, एम ए का 1792 की है, ज्ञानी ज्ञान सिंह जी की। हाँ हाँ, मेरा ख्याल इस के टाइम की है। असल दे विच ज्ञानी ज्ञान सिंह जी बहुत पुराने लिखारी नहीं ने। ओके, लेकिन खोजी लिखारी ने। ठीक है ठीक है, उन्होंने बहुत किताबा ने, मेरे को बहुत सारिया पे इत। ठीक है, 1792 की लागे जाएंगे शायद। उदा तबरीख गुरु खालसा दे पन्ना 129 लिखा होया है, कच्छ किरपान केस कंगा कड़ा हमेश रखने, कस किरपान केस कंगा कड़ा, पंज दे पंज दा नाम आ गया। ठीक है, हमेश रखने, कुट्ठा तंबाकू मुसली ये नहीं वरतने, केसा दी बेअदबी नहीं करनी। हुण इन्ने प्रमाणा तो बाद सिर्फ यही है ना कि नहीं जी ये तो उदों दे ने, उदों दे ने, ढुचकरा ने, फैसला करन वाले भी आप ही हैं, क्योंकि 25 लाख दा आपां देना तो आपां ही फैसला करना है। नहीं पर तां वी आपां 700 ते 10 ते कंटेंपरेरी, मैं तो 8 दस दिते ने जी तुहानू, आ जिहड़े मैं तुहानू दसे ने 8 प्रमाण मैं तुहानू दस दिते ने। नहीं इन्हां विचों जिहड़े 2 ते 10 ते नहीं डेट पता ना, 7 ते सानू कन्फर्म है ना, जिहड़े पट वईयां हो गए, भदिया सिंह उहनां दा हो गया, 7 स्रोत ते 10 ते इक मंगदा सी हजे सुबह की ना दा सेनापति दे उहदे विच वी रेफरेंस आंदा। नहीं फिर उह मंदा ही नहीं ना जी, उह ते मंदा ही नहीं। अच्छा बोलदे वी उह ने सानू कोई तेरे इनाम नहीं चाहीदे, तेरे वर्गे बंदे दा पैसा तां असीं पैर दी जुत्ती ते रखदे आं। मैं कंप्लीट कर देना। चलो मतलब इन्हां चीज़ां दा एक गिमिक्स होंदियां ने जिन्हां दा कोई मतलब नहीं। ठीक है, और मैं एक सलाह देंगा उन्हों भी, वह अपने आप नूं बड़ा विद्वान समझदे ना, तो सारे रेफरेंसिज वह दसम ग्रंथ दे देंदा है, तो 5 करोड़ का इनाम रख्या होया, बंदा जिउंदा इत्थे बैठा है। जसबिंदर सिंह, जसबिंदर सिंह दुबई वाले, हाँ संभाली दे विच ने 5 करोड़ का इनाम रख्या होया। साबित कर दिओ दी जिंदगी बन जाएगी, तलवे भी नहीं चटने पैणगे।
सिख आइडेंटिटी की जिहड़ी पहचान है वह पंज ककारां नाल है। जब तक वह किसी देवी या किसी हिंदूवादी चीज़ नाल नहीं जोड़नगे या उसनू नहीं खराब करनगे मलियामेट करनगे तद तक इन्हां नू लगता है कि असी सिख विचारधारा नू अपने अंदर नहीं जज़ब कर पाएंगे। यही वजह है सारा खेल तो यही चल रहा जी भी किस तरह जज़ब कर लीए। हुण वो जज़ब होने वाले होए पए ने जिस वेलों कहिंदे ने असी किहड़े सिख हाँ सनातनी सनातनी सिख हाँ तो वह सिख तो हुण फालतू ला रहे ना सनातनी होना उन्होंने अपना प्रवान कर जिवें प्रोफेसर जगबीर सिंह हो गए रे को नकली निहंग जिहड़ा कि ना निडर सिंह सो ए लार्जर जिहड़ा आइडियोलॉजिकल जिहड़ी एक इहनां दी कैस प्लैन है एजेंडा है वह यही है कि सिखां नूं जज़ब करना वो पिछे है बचित्र नाटक है चाहे ऊन है खालसा जी इसे सिख जथेबंदियों ने सिख ऑर्गनाइजेशन इस करना चाहिए जेडे सिखी के खिलाफ कूड़ प्रचार कर रहे हैं झूठा प्रोपागेंडा कर रहे हैं सोशल मीडिया के मैं समझना रल के एक टीम बनानी चाहिए विद्वाना की जोड़ा कोई यहोजा हमला आए उस टॉपिक लैके आपस के टीम जी डिस्कस करे एक कंक्रीट जवाब तैयार हो और उहदे वास्ते जिहड़े कोई अच्छे ओरेटर ने एक दो बंदे उन्हां दी ड्यूटी लाई जाए कि वह जिहड़े जवाब देन और जे उहदे विच कोई इहो जिहे डेरोगेटरी ने जिन्हां दे उत्ते लीगल एक्शन होना चाहिए तो वह प्रपोज़ करन लीगल टीम नूं कि यह जिहड़ा है इहो जिहे डेरोगेटरी रिमार्क्स ने ते इहनां उत्ते लीगल एक्शन लिया जाए। मैं समझना यह होना चाहिए मेरा यह ख्याल है। ठीक है क्योंकि देखो साढ़े जिहड़े विद्वान ने स्कॉलरस ने उन्हां बारे बड़ी भद्दी शब्दावली बोलना साढ़े सिखां दी भावनावां नूं सेंटीमेंट्स नूं हर्ट करना सिखां दी मैं ये गल कहना नहीं सी चाहुंदा इसे करके मैं कह रहा भी उहदे बारे मैं गल नहीं करना चाहुंदा। ठीक है उहदा पद्धर एडा नीवा है। ठीक है पर जिहड़ा नाल उहदे बैठदा है उह एक्स आईएएस ऑफिसर लिखदा उहनां नूं सूट कर रहा होवे या ना कर रहा होवे हां जी भाई कान सिंह नाभा बहुत उच्च कोटी दे विद्वान ने अलग गल है उहनां नूं सूट कर रहा होवे ना कर बिल्कुल उहनां बारे इहो जिहे अपमानजनक शब्द बोलणे भाई वीर सिंह मैं भाई वीर सिंह उन्होंने विचारधारा नाल सहमत नहीं। ठीक है पर मैं अज तक कभी भाई वीर सिंह जी बारे अपशब्द नहीं बोले मैं सत्कार नाल ही नाम लैना उन्होंने। ठीक विद्वान तो सन ये तो कोई शक नहीं बेशक निर्मले सन पर विद्वान तो सन निर्मला कलैन के विचों नहीं सन निर्मला विचारधारा के सन उ निर्मला विचारधारा से बिल्कुल उन्होंने इस करके मैं मेरी सहमति नहीं उन्होंने विचारधारा लेकिन कई गल् उन्होंने बड़ी वधिया भी ने बड़ी चंगिया भी ने लेकिन नाम ही होन मैनू मुआफक नाम ही होन ते मैनू ये हक किने देता कि एक विद्वान दे बारे मैं बेअदबी वाले भद्दे शब्द इस्तेमाल करा। मैं प्रोफेसर जगबीर सिंह जी की विचारधारा नाल सहमत नहीं हाँ पर मैं एक बारी एक लफज भी कोई उन्होंने प्रति अपमान वाला बोलिया विचारधारा नाल सहमत ना होना अलग गल है कम अज़ कम तुसीं अपने एक स्टैंडर्ड ते रखो गल करन दा ते एक पद्धर रखो सानू तो साढ़े गुरु ने यही सिखाया असी तो गुरु ग्रंथ साहब जी कोलों यही सिख्या इस करके साढ़े मूँह तो मदा शब्द नहीं मिल निकलता किसी बारे जो सच्चाई बयान करनी होंगी है वह खुल के करी दी वो कभी डर के नहीं की वो जो मर्जी असर हो सिखा दे देखो सेंटीमेंट भी तो हर्ट होने इदा भद्दी शब्दावली बोलनी है कहना यह तो मैकॉलिफ की सीखी है तो मैक सीखने इदा के लफ्ज़ बोलने तो सिखा भी तो कोई इस पर कार्रवाई करनी चाहिए है ना थोड़ा लगता एस जी पी सी अगे आना चाहिए बहुत छोटे लोग ने इन्हों के उत्ते करके कोई केस कूस भी जोड़ा है ना एवं इन्हों की इंपोर्टेंस वाने वाली गल है मैनू नहीं लगता इन्हों तो इन्हों तकदीर पर ही छड़ देना चाहिए इन्हें आप तो कुछ समय बोल बोल के जरा चुप कर जाना। खालसा जी थोड़े सा गलबात की बहुत बहुत धन्यवाद अगे गलबात जारी रहेगी होर भी विषय उत्ते थानू कोई इदा का कोई मुद्दा या कोई टॉपिक जिस तुम चाहते हो असी खालसा जी गल करिए जरूर कमेंट्स या मेल राही सानू दस्यो अज दे लई बस इन्ना ही धन्यवाद। वाहिगुरू जी का खालसा वाहिगुरू जी की फतह। DGND न्यूज़ में आपका स्वागत है। हम सत्य की दिशा में आगे बढ़ने के लिए सदैव तत्पर हैं। कृपया इसे सब्सक्राइब करने के लिए घंटी का बटन दबाएं और भारत और अन्य देशों से नवीनतम समाचार अपडेट प्राप्त करें। अगर आपको हमारा न्यूज़ चैनल पसंद आया हो तो आप दूसरों के साथ ज़रूर शेयर करें। धन्यवाद।